ਜੋ ਟੀਵੀ ਦੇਖ ਰਹੇ ਸਾਰੇ ਪਰਿਵਾਰਾਂ ਨੂੰ ਲਵੀ ਪੰਨੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਖਾਸ ਮੁਲਾਕਾਤ ਇਸ ਪ੍ਰੋਗਰਾਮ ਦੇ ਵਿੱਚ ਮੁਲਾਕਾਤ ਕਰਾਉਂਦੀਆਂ ਜੀ ਖਾਸ-ਖਾਸ ਸਖਸ਼ੀਤਾਵਾਂ ਦੇ ਨਾਲ ਜਿਹੜੀ ਗੱਲਬਾਤਾਂ ਕਰਦੇ ਆ ਵਿਚਾਰ ਵਟਾਂਦਰੇ ਕਰਦੇ ਆ ਤੇ ਨਾਲ ਬਹੁਤ ਸਾਰੀਆਂ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆਉਂਦੇ ਆ ਅੱਜ ਇਸ ਖਾਸ ਮੁਲਾਕਾਤ ਦੇ ਵਿੱਚ ਮੁਲਾਕਾਤਕਾਰਾਂ ਜੀ ਸਾਡੇ ਬਹੁਤ ਹੀ ਖਾਸ ਮਹਿਮਾਨ ਅਮਰਿੰਦਰ ਨੱਡਾ ਜੀ ਫ੍ਰਮ ਪਲਾਨ ਇੰਸ਼ੋਰੈਂਸ ਸਵਾਗਤ ਕਰਦੇ ਆ ਜੀ ਅਮਰਿੰਦਰ ਜੀ ਬਹੁਤ-ਬਹੁਤ ਸਵਾਗਤ ਆ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਤੇ ਸਾਰੇ ਈਵਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸੋ ਸਭ ਤੋਂ ਪਹਿਲਾਂ ਤਾਂ ਜੀ ਇਹ ਦੱਸੋ ਕਿ ਇੰਸ਼ੋਰੈਂਸਸ ਹਾਂਜੀ ਕਿਉਂਕਿ ਤੁਹਾਡਾ ਤਾਂ ਬਹੁਤ ਸਾਲਾਂ ਦਾ ਵਾਅਦਸਾ ਆ ਤੁਹਾਨੂੰ ਇੰਸ਼ੋਰੈਂਸ ਟਿਪਸ ਤੇ ਹੋਣੀਆਂ ਕਿਤੇ ਪਰ ਜਿਹੜੀ ਮੇਰੇ ਵਰਗਿਆਂ ਜਿਨ੍ਹਾਂ ਲਈ ਇਹ ਚੀਜ਼ ਬਿਲਕੁਲ ਨਵੀਂ ਆ ਸਾਨੂੰ ਜ਼ਰੂਰਤ ਹੁੰਦੀ ਆ ਲਾਜ਼ਮੀ ਹੁੰਦੀ ਸਮਝਣ ਦੀ ਸੋ ਜਦੋਂ ਅਸੀਂ ਕਿਸੇ ਵੀ ਇੰਸ਼ੋਰੈਂਸ ਏਜੰਟ ਕੋਲੇ ਜਾਂਦੇ ਜਾਂ ਇੰਸ਼ੋਰੈਂਸ ਕੰਪਨੀ ਕੋਲੇ ਜਾਂਦੇ ਆ ਉਹ ਸਾਨੂੰ ਇੱਕ ਲੰਬੀ ਚੌੜੀ ਲਿਸਟ ਦੇ ਦਿੰਦੇ ਆ ਤੇ ਸਾਨੂੰ ਆਪ ਨੂੰ ਪਤਾ ਨਹੀਂ ਲੱਗਦਾ ਵੀ ਕਿਹੜੀ ਇੰਸ਼ੋਰੈਂਸ ਕਾਦੇ ਲਈ ਅਸੀਂ ਚੂਜ਼ ਕਰੀਏ ਸੋ ਅਲੱਗ-ਅਲੱਗ ਤਰ੍ਹਾਂ ਦੀਆਂ ਇੰਸ਼ੋਰੈਂਸਸ ਹੁੰਦੀਆਂ ਪਰ ਸਾਡੇ ਲਈ ਆਮ ਲੋਕਾਂ ਵਾਸਤੇ ਵਧੀਆ ਇੰਸ਼ੋਰੈਂਸ ਕਿਹੜੀ ਹੁੰਦੀ ਹੈ ਕਿਹੜੀ ਸਾਨੂੰ ਲੈ ਲੈਣੀ ਚਾਹੀਦੀ ਲਾਜ਼ਮੀ ਹਾਂਜੀ ਦੇਖੋ ਲਵੀ ਜੀ ਜਦੋਂ ਵੀ ਆਪਾਂ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਜੀ ਜਿਹੜੀ ਮੇਨ ਚੀਜ਼ ਹੈ ਜਿੱਦਾਂ ਤੁਸੀਂ ਕਿਹਾ ਵਾਕਈ ਯੂ نو ਕਾਫੀ ਤਰ੍ਹਾਂ ਦੀ ਇੰਸ਼ੋਰੈਂਸ ਹੈਗੀ ਹੈ ਜੀ ਲਾਈਫ ਇੰਸ਼ੋਰੈਂਸ ਹੈ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਡਿਸੇਬਿਲਟੀ ਇੰਸ਼ੋਰੈਂਸ ਹੋਗੀ ਕੋਈ ਸੁਪਰਵਾਈਜ਼ਰ ਵੀਜ਼ਾ ਕੋਈ ਵਿਜ਼ਟਰ ਵੀਜ਼ਾ ਦੇ ਆ ਡਿਫਰੈਂਟ ਫਾਰਮਸ ਹੁਣ ਉੱਥੇ ਤੁਹਾਡੇ ਵਾਸਤੇ ਕਿਹੜੀ ਢੁਕਵੀਂ ਹੁੰਦੀ ਹੈ ਜੀ ਉਹ ਤੁਹਾਡੀ ਜ਼ਰੂਰਤ ਮੁਤਾਬਕ ਹੋਣੀ ਚਾਹੀਦੀ ਹੈ ਸੋ ਬੇਸਿਕਲੀ ਦੇਖੋ ਯੂ نو ਅਲੱਗ-ਅਲੱਗ ਸਟੇਜਸ ਲਾਈਫ ਦੇ ਉੱਤੇ ਤੁਹਾਡੀਆਂ ਉਦਾਂ-ਉਦਾਂ ਜਿੱਦਾਂ ਜ਼ਰੂਰਤਾਂ ਚੇਂਜ ਹੁੰਦੀ ਵਿਸਟਰ ਯਾਰ ਲੇਕ ਉਹਨਾਂ ਵਾਸਤੇ ਹੁਣ ਜਿਹੜੀ ਸਭ ਤੋਂ ਪਹਿਲੀ ਇੰਪੋਰਟੈਂਟ ਦਾ ਵੀ ਉਹਨਾਂ ਕੋਲ ਵੈਸਟਰਨ ਇੰਸ਼ੋਰੈਂਸ ਜਿਹੜੀ ਉਹ ਜ਼ਰੂਰ ਹੋਵੇ ਵੀ ਇਥੇ ਕੋਈ ਮੈਡੀਕਲ ਐਮਰਜੈਂਸੀ ਹੋ ਗਈ ਰੱਬ ਨਾ ਕਰੇ ਕੋਈ ਸੱਟ ਪੇਟ ਲੱਗ ਗਈ ਜਾਂ ਕੋਈ ਇਲਨੈਸ ਹੋ ਗਈ ਵੀ ਉਹਦਾ ਖਰਚਾ ਕਿੱਥੋਂ ਚੱਕਣਾ ਆ ਉਸ ਤੋਂ ਬਾਅਦ ਜੀ ਵਿਜ਼ਟਰ ਤੋਂ ਬਾਅਦ ਜੀ ਕਿਸੇ ਨੇ ਵਰਕ ਪਰਮਿਟ ਲੈ ਲਿਆ ਪ੍ਰਾਈਟ ਹੁਣ ਵਰਕ ਪਰਮਿਟ ਲੈ ਕੇ ਹੁਣ ਬਹੁਤ ਸਾਰੀ ਵਰਕ ਪਰਮਿਟ ਦੇ ਨੇ ਜਿਹੜੇ ਟਰਕਿੰਗ ਇੰਡਸਟਰੀ ਚ ਨੇ ਯੂ نو ਲੌਂਗ ਹਾਲ ਚ ਜਾਂਦੇ ਨੇ ਯੂ نو ਆਊਟ ਆਫ ਯੂ نو ਕੈਨੇਡਾ ਜਾਂਦੇ ਆ ਹੁਣ ਉੱਥੇ ਜਾ ਕੇ ਕੋਈ ਰੱਬ ਨਾ ਕਰੇ ਕੋਈ ਸ਼ਾਰਟ ਪੀੜ ਲੱਗ ਜਾਂਦੀ ਹੈ ਜਾਂ ਉੱਥੇ ਕੋਈ ਇਲਨੈਸ ਹੋ ਜਾਂਦੀ ਹੈ ਉਸ ਚੀਜ਼ ਦੀ ਉਹਨਾਂ ਕੋਲ ਕਵਰੇਜ ਹੋਣੀ ਚਾਹੀਦੀ ਹੈ ਜੀ ਨਾਲ ਦੀ ਨਾਲ ਲਈ ਤੁਹਾਡੇ ਕੋਲ ਆਪਸ਼ਨ ਹੁੰਦੀ ਹੈ ਜਦੋਂ ਵਰਕ ਪਰਮਿਟ ਤੇ ਤੁਸੀਂ ਲਾਈਫ ਇੰਸ਼ੋਰੈਂਸ ਵੀ ਲੈ ਸਕਦੇ ਹੋ ਕ੍ਰਿਟੀਕਲ ਇਲਨੈਸ ਡਿਸੇਬਿਲਟੀ ਸੋ ਦੇਖੋ ਹਰੇਕ ਸਟੇ ਦੇ ਉੱਤੇ ਫਿਰ ਕੱਲ ਨੂੰ ਜਦੋਂ ਤੁਹਾਡੀ ਪੀਆਰ ਹੋ ਜਾਂਦਾ ਬੰਦਾ ਵੀ ਨਾ ਉਸ ਤੋਂ ਬਾਅਦ ਬੰਦਾ ਕਹਿੰਦਾ ਮੈਂ ਹੁਣ ਕਰ ਲੈਣਾ ਮੈਂ ਕੋਈ ਇਨਵੈਸਟਮੈਂਟ ਕਰਨੀ ਹੈ ਹਣੇ ਤੇ ਸਭ ਤੋਂ ਵੱਡੀ ਇਨਵੈਸਟਮੈਂਟ ਜਿਹੜੀ ਮੰਨੀ ਜਾਂਦੀ ਜਿਉ ਘਾਰੀ ਹੈ। ਰਾਈਟ ਸੋ ਜਦੋਂ ਹੁਣ ਬੰਦਾ ਕਰ ਲੈਂਦਾ ਜੀ ਉਹ ਹੁਣ ਉਹਦੇ ਤੇ ਤੁਸੀਂ ਲੋਨ ਲੈ ਲਿਆ ਰਾਈਟ ਹੁਣ ਤੁਸੀਂ ਇੱਕ ਆਪਣੇ ਫੈਮਿਲੀ ਨੂੰ ਇੱਕ ਲਾਈਫ ਸਟਾਈਲ ਦਿੱਤਾ ਹੋਇਆ ਫਿਰ ਉਹ ਤੋਂ ਤੁਹਾਨੂੰ ਲਾਈਫ ਇੰਸ਼ੋਰੈਂਸ ਦੀ ਲੋੜ ਪੈਂਦੀ ਹੈ ਵੀ ਰੱਬ ਨਾ ਕਰੇ ਕੱਲ ਨੂੰ ਜੇ ਤੁਸੀਂ ਪਿਕਚਰ ਚ ਨਹੀਂ ਰਹਿੰਦੇ ਜੋ ਤੁਸੀਂ ਹੁਣ ਕਰਦੀਆਂ ਕਿਸ਼ਤਾਂ ਨੇ ਜਾਂ ਤੁਹਾਡੇ ਖਰਚੇ ਨੇ ਜਾਂ ਤੁਸੀਂ ਬੱਚਿਆਂ ਦੇ ਜੋ ਖਰਚੇ ਨੇ ਉਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਕਿੱਦਾਂ ਹੈਂਡਲ ਕਰਨਾ ਹੈ ਸੋ ਉਸ ਵਾਸਤੇ ਲਾਈਫ ਇੰਸ਼ੋਰੈਂਸ ਹੁੰਦੀ ਹੈ ਸੋ ਇੱਥੇ ਉਹ ਨਹੀਂਗਾ ਜੀ ਵੀ ਇੱਕ ਯੂ ਨੋ ਸੂਟ ਫਿਟ ਟੂ ਆਲ ਵਾਲਾ ਕੰਮ ਨਹੀਂ ਹੈਗਾ ਸੋ ਤੁਹਾਡੀ ਜ਼ਰ ਉਹ ਤੁਹਾਡੇ ਕੋਲੇ ਉਹਨਾਂ ਕੋਲ ਟੂਲਸ ਹੁੰਦੇ ਜੀ ਜਿਹੜੇ ਜਿਹੜੇ ਐਕਸਪੀਰੀਅੰਸ ਐਡਵਾਈਜ਼ਰਸ ਨੇ ਉਹਨਾਂ ਕੋਲ ਟੂਲ ਹੈਗੇ ਨੇ ਉਹ ਪ੍ਰੋਪਰ ਤੁਹਾਡ ਨੂੰ ਯੂ ਨੋ ਐਨਾਲਾਈਜ਼ ਕਰਕੇ ਵੀ ਤੁਹਾਡੀ ਕੀ ਜ਼ਰੂਰਤਾਂ ਨੇ ਤੁਹਾਡੇ ਵਾਸਤੇ ਕਿਹੜਾ ਪਲਾਨ ਫਿੱਟ ਬੈਠਦਾ ਉਸ ਤਰੀਕੇ ਨਾਲ ਤੁਹਾਡੇ ਵਾਸਤੇ ਇੱਕ ਪ੍ਰੋਪਰ ਜਿਹੜਾ ਪਲਾਨ ਆ ਜੀ ਉਹ ਡਿਜ਼ਾਈਨ ਕਰ ਦਿੰਦਾ ਸੋ ਜਿਵੇਂ ਆਪਾਂ ਕਹਿੰਦੇ ਨੇ ਵੀ ਕਸਟਮ ਮੇਡ ਚੀਜ਼ਾਂ ਬਣਦੀਆਂ ਕਸਟਮੇਡ ਆਪਾਂ ਘਰ ਬਣਵਾਉਂਦੇ ਆ ਸੂਟ ਕਸਟਮੇਡ ਬਣਵਾਉਂਦੇ ਆ ਸੋ ਇੰਸ਼ੋਰੈਂਸ ਵੀ ਇਸੇ ਤਰ੍ਹਾਂ ਜਿਹੜੇ ਪ੍ਰੋਫੈਸ਼ਨਲ ਆ ਉਹ ਤੁਹਾਡੇ ਲਈ ਇਹ ਡਿਜ਼ਾਈਨ ਕਰਦੇ ਆ ਪਰਫੈਕਟ ਫਿਟ ਤੁਹਾਨੂੰ ਦਿੰਦੇ ਆ ਹਾਂ ਬਿਲਕੁਲ ਜੀ ਜੀ ਸੋ ਅਗਲਾ ਸਵਾਲ ਮੇਰਾ ਇਹ ਆ ਕਿ ਇਹ ਕਿਹੜੀ ਚੀਜ਼ ਲਾਜ਼ਮੀ ਆ ਉਸ ਹਿਸਾਬ ਦੇ ਨਾਲ ਪਰ ਸਾਨੂੰ ਇਹ ਕਿਸ ਤਰ੍ਹਾਂ ਦਾ ਨਿਰਧਾਰਿਤ ਕਰਨ ਦਾ ਸਾਨੂੰ ਫੈਸਲਾ ਕਰਨਾ ਪੈਂਦਾ ਕਿ ਕਿੰਨੇ ਅਮਾਉਂਟ ਦੀ ਇੰਸ਼ੋਰੈਂਸ ਅਸੀਂ ਲੈਣੀ ਹੈ ਖਾਸ ਕਰਕੇ ਜਿਹੜੇ ਕੈਨੇਡਾ ਦੇ ਵਿੱਚ ਨਵੇਂ ਸਾਡੇ ਭਾਈ ਭੈਣ ਆਉਂਦੇ ਆ ਸੋ ਕਿੰਨੇ ਕਮਾਉਂਟ ਤੱਕ ਉਹ ਇੰਸ਼ੋਰੈਂਸ ਲੈਣ ਹਾਂਜੀ ਬਿਲਕੁਲ ਜੀ ਸੋ ਇਹ ਵੀ ਦੇਖੋ ਹੁਣ ਖਾਸ ਕਰਕੇ ਜਿਹੜਾ ਕੋਈ ਲੈਟ ਸੇ ਜੇ ਕੋਈ ਵਿਜ਼ਟਰ ਜਾਂ ਸੁਪਰ ਵੀਜ਼ਾ ਤੇ ਆ ਰਿਹਾ ਜੀ ਸੁਪਰ ਵੀਜ਼ਾ ਦੀ ਜੇ ਆਪਾਂ ਪਾਰਟਿਕੂਲਰ ਗੱਲ ਕਰਦੇ ਹਾਂ ਉੱਥੇ ਤਾਂ ਜੀ ਉਹਨਾਂ ਨੇ ਮਿਨਿਮਮ ਰਿਕੁਆਇਰਮੈਂਟ ਇਹ ਰੱਖੀ ਹੋਈ ਵੀ 1 ਲੱਖ ਡਾਲਰ ਦੀ ਤੁਹਾਨੂੰ ਇੰਸ਼ੋਰੈਂਸ ਕਰਾਣੀ ਪੈਂਦੀ ਹੈ ਜੀ ਸੋ ਉਹ ਉਹਦਾ ਰਿਕੁਆ ਜਦੋਂ ਉੱਥੇ ਆਉਂਦੇ ਆ ਜੀ ਯੂ نو ਨਾ ਚਾਹੁੰਦੇ ਹੋਏ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਮੈਡੀਕਲ ਐਮਰਜੈਂਸੀ ਹੋ ਜਾਂਦੀ ਹੈ ਜੀ ਯੂ نو ਕਈ ਵਾਰੀ ਵੈਦਰ ਚੇਂਜ ਹੋਣ ਕਰਕੇ ਕਦੀ ਮੈਨੂੰ ਕਈ ਵਾਰੀ ਸਟ्रेस ਹੁੰਦਾ ਕਈ ਵਾਰੀ ਲਾਈਕ ਯੂ نو ਬਹੁਤ ਸਾਰੀਆਂ ਚੀਜ਼ਾਂ ਨੇ ਜਿਹਦੇ ਕਰਕੇ ਤੁਹਾਡੇ ਜਿਹੜੇ ਯੂ نو ਆ ਬਾਡੀ ਦੇ ਵਿੱਚ ਕੋਈ ਚੇਂਜਸ ਆ ਜਾਂਦੀਆਂ ਨੇ ਲੇਕਿਨ ਉਹ ਇੱਕਦਮ ਜਿਹੜਾ ਹੁਣ ਕਿਤੇ ਤੁਸੀਂ ਯੂ ਨੋ ਉੱਥੇ ਬਹੁਤ ਜ਼ਿਆਦਾ ਮਿਲਨਸਾਰ ਸੀ ਕਾਫੀ ਲੋਕੀ ਜਿਥੇ ਇੱਕਦਮ ਬੰਦਾ ਆ ਕੇ ਇਕੱਲਾ ਹੋ ਜਾਂਦਾ ਜਿਹਨਾਂ ਨੂੰ ਬੰਦੇ ਨਹੀਂ ਮਿਲ ਪਾਂਦੇ ਯਾਨੀ ਕੋਈ ਲੈਂਗੁਏਜ ਬੈਰੀਅਰ ਹੋ ਗਿਆ ਬਹੁਤ ਸਾਰੀਆਂ ਚੀਜ਼ਾਂ ਨੇ ਮੌਸਮ ਕਈ ਏਰੀਆ ਉਦੋਂ ਦਾ ਤਾਂ ਨਹੀਂ ਹੁੰਦਾ ਸੋ ਯੂ ਨੋ ਮੈਡੀਕਲ ਐਮਰਜੈਂਸੀ ਵਾਸਤੇ ਜੀ ਸੁਪਰਵਾਈਜ਼ਰ ਜੀ ਗਵਰਨਮੈਂਟ ਨਹੀਂ ਹੈ ਰਿਕੁਆਇਰਮੈਂਟ ਰੱਖਤੀ ਸੀ ਕਿ ਮਿਨਿਮਮ 1 ਲੱਖ ਡਾਲਰ ਦੀ ਤੁਹਾਨੂੰ ਇੰਸ਼ੋਰੈਂਸ ਕਰਾਣੀ ਹੀ ਪੈਣੀ ਹੈ ਅੱਛਾ ਜੀ ਹਾਂ ਜੀ ਸੋ ਹੁਣ ਜੇ ਕੋਈ ਵਿਜ਼ਟਰ ਆ ਉਹਦੇ ਤੇ ਇਹ ਲਿ ਚਾਹੇ ਕਿ ਵਿਜ਼ਟਰ ਆ ਰਿਹਾ ਚਾਹੇ ਕੋਈ ਸੁਪਰ ਵੀਜ਼ਾ ਤੇ ਆ ਰਿਹਾ ਚਾਹੇ ਕੋਈ ਵਰਕ ਪਰਮਿਟ ਤੇ ਆ ਰਿਹਾ ਜਦ ਤੱਕ ਉਹਨਾਂ ਕੋਲੇ ਆਪਣਾ ਐਮਐਸਪੀ ਕਾਰਡ ਨਹੀਂ ਆ ਜਾਂਦਾ ਖਾਸ ਕਰਕੇ ਜਿਹੜਾ ਕੋਈ ਵਰਕ ਪਰਮਿਟ ਤੇ ਆ ਰਹੇ ਨੇ ਯੂ نو ਤਦ ਤੱਕ ਤੁਹਾਡੇ ਕੋਲੇ ਇੰਸ਼ੋਰੈਂਸ ਜ਼ਰੂਰ ਹੋਣੀ ਚਾਹੀਦੀ ਹੈ ਜਿੰਨੀ ਅਮਾਉਂਟ ਦੀ ਵੀ ਤੁਸੀਂ ਅਫੋਰਡ ਕਰ ਸਕਦੇ ਹੋ ਜੇ ਕੋਈ ਵਿਜ਼ਟਰ ਆ ਜੇ 50000 ਦੀ ਕਰਾਣਾ ਚਾਹੁੰਦਾ ਜਾਂ 25000 ਦੀ ਕਰਾਣਾ ਚਾਹੁੰਦਾ ਜਾਂ ਲੱਖ ਦੀ ਜਿੰਨੇ ਜਿੰਨੇ ਦੀ ਤੁਸੀਂ ਅਫੋਰਡ ਕਰ ਸਕਦੇ ਹੋ ਜ਼ਰੂਰ ਕਰਵਾ ਕੇ ਰੱਖੋ ਕਿਉਂਕਿ ਜਦੋਂ ਇੱਥੇ ਕਲੇਮ ਹੁੰਦਾ ਹੈ ਜੀ ਉਹਦੀ ਕੋਸਟ ਫਿਰ ਹਜ਼ਾਰਾਂ 'ਚ ਜਾਂਦੀ ਹੈ ਲੱਖਾਂ 'ਚ ਵੀ ਮੈਂ ਦੇ ਯੂ ਨੋ ਮੈਂ ਤਾਂ ਐਵਰੀ ਡੇ ਜੀ ਇਹ ਦੇਖਦਾ ਜਿਹੜੇ ਸਾਡੇ ਕੋਲ ਕੇਸਸ ਆਉਂਦੇ ਨੇ ਇੰਸ਼ੋਰੈਂਸ ਕਰਾਈ ਹੁੰਦੀ ਆ ਕਲੇਮ ਆ ਗਿਆ ਜੀ ਸੋ ਲੱਕੀਲੀ ਉਹਨਾਂ ਨੇ ਇੰਸ਼ੋਰੈਂਸ ਕਰਾਈ ਹੁੰਦੀ ਆ ਨਹੀਂ ਤਾਂ ਕਈ ਇਦਾਂ ਦੀ ਵੀ ਮੰਦਭਾਗੀਆਂ ਦੇਖੀਆਂ ਜੀ ਚੀਜ਼ਾਂ ਵੀ ਉਸ ਤੋਂ ਬਾਅਦ ਫਿਰ ਉਹ ਗੋ ਫੰਡ 'ਮੀ ਪੇ ਤੇ ਇਧਰ ਇਹ ਕੋਲ ਆਣੀਆਂ ਪਾਜੀ ਉਹਦੋਂ ਅਸੀਂ ਸੋਚਦੇ ਰਹੇ ਕਿ ਕਰਾ ਨਹੀਂ ਸਕੇ ਪਰ ਹੁਣ ਕਿਸੇ ਕਰਵਾ ਸਕਦੇ ਆ ਪਰ ਇਹ ਵੀ ਧਿਆਨ ਰੱਖੋ ਜਦੋਂ ਇੱਕ ਵਾਰੀ ਕਲੇਮ ਹੋ ਗਿਆ ਜੀ ਜਦੋਂ ਬੰਦਾ ਹਸਪੀਟਲ ਪਹੁੰਚ ਗਿਆ ਉਸ ਤੋਂ ਬਾਅਦ ਕਿਸੇ ਇੰਸ਼ੋਰੈਂਸ ਕੰਪਨੀ ਨੇ ਹੱਥ ਨਹੀਂ ਪਾਣਾ ਸੋ ਪਹਿਲਾਂ ਹੀ ਆਪਣੀ ਜਿਹੜੀ ਪ੍ਰੋਪਰ ਇੰਸ਼ੋਰੈਂਸ ਉਹਨੂੰ ਡਿਜ਼ਾਈਨ ਕਰਵਾਓ ਜੀ ਅੱਛਾ ਅਮਰਿੰਦਰ ਜੀ ਜਿਹੜੇ ਪਰਿਵਾਰ ਇਮੀਗਰੈਂਟ ਹੋਣ ਵਾਸਤੇ ਇੱਥੇ ਆਉਂਦੇ ਆ ਹਾਂ ਜੀ ਇੰਡੀਆ ਤੋਂ ਇੱਥੇ ਆ ਕੇ ਇਸ ਮੁਲਕ ਦੇ ਵਿੱਚ ਉਹ ਚਾਰ ਜਾਂ ਪੰਜ ਜਾਣੇ ਜੀ ਆ ਪਰਿਵਾਰ ਦੇ ਹੈ ਨਾ ਸੋ ਖੈਰ ਉਹਨਾਂ ਦੀ ਚਲੋ ਪੀ ਆ ਰਾ ਜਾਣੀ ਹੁੰਦੀ ਆ ਪਰ ਕੁਝ ਸਮਾਂ ਉਹ ਜਿਹੜਾ ਹੁੰਦਾ ਹੈ ਬੜ ਜੋ ਜੇ ਪਰਿਵਾਰ ਇਕੱਠੇ ਇੰਸ਼ੋਰੈਂਸ ਲੈਂਦੇ ਆ ਉਹ ਥੋੜੀ ਜੀ ਉਹਦੇ ਵਿੱਚ ਜਿਹੜੀ ਥੋੜਾ ਪ੍ਰੀਮੀਅਮ ਵੱਧਦਾ ਆ ਥੋੜਾ ਘੱਟ ਬਣਦਾ ਜਾਂ ਫਿਰ ਉਹਨਾਂ ਨੇ ਕੀ ਸਹੂਲਤ ਹੋ ਸਕਦੀ ਵੀ ਜਿਹੜੇ 1-2 ਮਹੀਨੇ ਜਾਂ 4 ਮਹੀਨੇ ਉਹਨਾਂ ਨੇ ਕੱਢਣੇ ਆ ਸੋ ਆਪਣੇ a piece of mind ਦੇ ਨਾਲ ਕਰ ਸਕਣ ਬਿਲਕੁਲ ਜੀ ਤੁਹਾਡੀ ਬਿਲਕੁਲ ਗੱਲ ਸਹੀ ਹੈ ਲਵੀ ਜੀ ਇਦਾਂ ਹੁੰਦਾ ਜਦੋਂ ਵੀ ਪਰਿਵਾਰ ਆਂਦਾ ਜੀ ਚਾਹੇ ਹੁਣ 4 ਜਣੇ ਨੇ ਜਾਂ 5 ਜਣੇ ਨੇ ਸੋ ਜੇ ਬੱਚੇ 18 ਸਾਲ ਤੋਂ ਘੱਟ ਨੇ ਹਸਬੰਡ ਵਾਈਫ ਨੇ ਸੋ ਉਹਨਾਂ ਦਾ ਇੱਕ ਫੈਮਿਲੀ ਪਲਾਨ ਡਿਜ਼ਾਈਨ ਹੋ ਜਾਂਦਾ ਜੀ ਸੋ ਫੈਮਿਲੀ ਪਲਾਨ ਦੇ ਅੰਡਰ ਜਿਹੜੇ ਤੁਸੀਂ ਤੁਹਾਡੀ ਸੇਵਿੰਗ ਵੀ ਹੋ ਜਾਂਦੀ ਹੈ ਸੋ ਯੂ نو ਡਿਪੈਂਡਿੰਗ ਅਪਨ ਜਿੱਦਾਂ ਤੁਸੀਂ ਕਿਹਾ ਵਾਕਈ 3 ਮਹੀਨੇ ਦਾ ਐਪਰੋਕਸੀਮੇਟ ਟਾਈਮ ਅ ਲੈਟਸ ਸੇ ਅੱਜ ਹੀ ਕੋਈ ਪੀਆਰ ਲੈ ਕੇ ਆਇਆ ਜੀ ਆ ਕੇ ਜਦੋਂ ਉਹਨਾਂ ਨੇ ਅਪਲਾਈ ਕਰਨਾ ਐਮਐਸਪੀ ਕਾਰਡ ਵਾਸਤੇ ਤਿੰਨ ਕਿ ਮਹੀਨੇ ਦਾ ਸਟੈਂਡਰਡ ਟਾਈਮ ਫਰੇਮ ਲੱਗ ਜਾਂਦਾ ਲੱਗ ਜਾਂਦਾ ਸੋ ਉਹਨਾਂ ਟਾਈਮ ਵਾਸਤੇ ਤੁਸੀਂ ਆਪਣੀ ਜਰੂਰ ਇੰਸ਼ੋਰੈਂਸ ਕਰਵਾ ਕੇ ਰੱਖੋ ਯੂ ਨੋ ਜੇ ਫੈਮਲੀ ਹੈ ਸਾਰੀ ਫੈਮਲੀ ਦੀ ਕਰਵਾ ਸਕਦੇ ਹੋ ਜੇ ਤੁਸੀਂ ਇਕੱਲੇ ਆਏ ਹੋ ਇਕੱਲੇ ਦੀ ਕਰਵਾ ਸਕਦੇ ਹੋ ਜਿੱਦਾਂ ਵੀ ਖਾਸ ਕਰਕੇ ਜੇ ਹੁਣ ਕੋਈ ਚਾਰ ਜਾਂ ਪੰਜ ਜਣੇ ਦੀ ਫੈਮਲੀ ਹੈ ਉਹਨਾਂ ਨੂੰ ਐਕਚੁਅਲੀ ਡਿਸਕਾਊਂਟ ਮਿਲ ਜਾਂਦਾ ਜੇ ਤੁਸੀਂ ਇਕੱਠਿਆਂ ਦੀ ਕਰਦੇ ਆ ਜੀ ਸੋ ਬਿਲਕੁਲ ਡੈਫੀਨਿਟਲੀ ਇਸ ਬਾਰੇ ਜਰੂਰ ਯੂ ਨੋ ਧਿਆਨ ਰੱਖੋ ਯੂ ਨੋ ਅਗੇਨ ਤਾਂ 3 ਲੱਖ ਦੀ ਕਰਾ ਸਕਦੇ ਹਾਂ ਤੁਹਾਡੀ ਚੋਇਸ ਹੈ ਜਿੰਨੇ ਦੀ ਵੀ ਤੁਸੀਂ ਮਾਉਂਟ ਦੀ ਕਰਾਉਣਾ ਚਾਹੁੰਦੇ ਹੋ ਪਰ ਕਈ ਵਾਰੀ ਬੰਦੇ ਇਹ ਸੋਚ ਲੈਂਦੇ ਯਾਰ 2-3 ਮਹੀਨੇ ਦੀ ਗੱਲ ਆ ਯੂ نو ਵੀ ਕੋਈ ਹੋਣ ਲੱਗਾ ਇਦਾਂ ਹੀ ਕੱਢ ਲਾਂਗੇ ਪਰ ਉਸ ਦੌਰਾਨ ਵੀ ਮੈਂ ਦੇਖਿਆ ਜੀ ਕਿ ਕਦੇ ਜਦੋਂ ਇਦਾਂ ਦੀ ਇਸ਼ੂ ਆਏ ਨੇ ਲਾਈਕ ਯੂ نو ਜਦੋਂ ਤੁਹਾਨੂੰ ਹਸਪੀਟਲਾਈਜੇਸ਼ਨ ਹੋ ਗਈ ਕਿਸੇ ਰੀਜ਼ਨ ਕਰਕੇ ਵੀ ਯੂ نو ਇੱਕ ਫੈਮਿਲੀ ਆਈ ਸੀ ਜੀ ਹੁਣ ਮੈਂ ਐਗਜ਼ਾਮਪਲ ਯੂਜ਼ ਕਰ ਲੈਣਾ ਉਹ ਕਾਰ ਐਕਸੀਡੈਂਟ ਹੋ ਗਿਆ ਉਹਨਾਂ ਦੀ ਵੀ ਗਲਤੀ ਨਹੀਂ ਸੀ ਕਿਸੇ ਹੋਰ ਨੇ ਆ ਕੇ ਯੂ نو ਕਾਰ ਦੇ ਵਿੱਚ ਉਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਉਹਨਾਂ ਦੀ ਹੁਣ ਜਿੱਦਾਂ ਲੇਕਿਨ ਬਾਹ ਵੀ ਟੁੱਟ ਸੋ ਇੱਕ ਦਿਨ ਪਹਿਲਾਂ ਹੀ ਮੈਨੂੰ ਜੇ ਕਾਲ ਆਈ ਸੀਗੀ ਵੀ ਉਹ ਆਏ ਨੇ ਮੈਨੂੰ ਦੱਸਿਆ ਵੀ ਤੁਸੀਂ ਇੰਸ਼ੋਰੈਂਸ ਕਰਾ ਲਿਓ ਕਹਿੰਦੇ ਬਸ ਭਾਜੀ ਇੱਕ ਦੋ ਦਿਨਾਂ ਚ ਕਰਾ ਲਵਾਂਗੇ ਕੋਈ ਕਾਲੀ ਨਹੀਂ ਜੇ ਉਹ ਐਕਸੀਡੈਂਟ ਹੋ ਜਾਏ ਉਸ ਤੋਂ ਬਾਅਦ ਕੋਈ ਹੋਰ ਆਗੀ ਵੀ ਹੁਣ ਤੁਸੀਂ ਇੰਸ਼ੋਰੈਂਸ ਕਰ ਸਕਦੇ ਹੋ ਫਿਰ ਕੋਈ ਆਪਸ਼ਨ ਨਹੀਂ ਸੋ ਇਸ ਕਰਕੇ ਇਹ ਚੀਜ਼ਾਂ ਦੇਖੋ ਮਕਸਦ ਹਮੇਸ਼ਾ ਇਹ ਹੁੰਦਾ ਜੀ ਵੀ ਐਜੂਕੇਟ ਕਰਨਾ ਕਿਸੇ ਨੂੰ ਉੱਤੇ ਡਰਾਉਣਾ ਨਹੀਂ ਹੈ ਕੁਝ ਨਹੀਂ ਪਰ ਇਹ ਚੀਜ਼ਾਂ ਰੋਜ਼ ਦੇਖਦੇ ਆਂ ਜੀ ਅਸੀਂ ਮੈਂ ਹਰ ਰੋਜ਼ ਦੇਖਦਾ ਮੇਰੀ ਟੀਮ ਮੈਂਬਰ ਸਰੋ ਰੋਜ਼ ਦੇਖਦੇ ਨੇ ਲੇਕਿਨ ਉਹ ਵੀ ਕਿੱਦਾਂ ਲਾਈਕ ਯੂ نو ਲੋਕੀ ਜਿਨ੍ਹਾਂ ਨੇ ਇੰਸ਼ੋਰੈਂਸ ਕਰਾਈ ਹੈ ਉਹ ਕਿੱਦਾਂ ਫਾਇਦਾ ਲੈ ਰਹੇ ਆ ਜਿਨ੍ਹਾਂ ਨੇ ਨਹੀਂ ਕਰਾਈ ਫਿਰ ਉਹ ਕਿੰਨੇ ਆ ਵਿਚਾਰੇ ਔਖੇ ਵੀ ਹੁੰਦੇ ਨੇ ਇਹ ਐਗਜ਼ਾਮਪਲ ਆਂ ਰੋਜ਼ ਅਸੀਂ ਦੇਖਦੇ ਆਂ ਦੇਖਦੇ ਆਂ ਅੱਛਾ ਇੱਕ ਤੁਸੀਂ ਸੇਵਿੰਗ ਦਾ ਜ਼ਿਕਰ ਕੀਤਾ ਸੋ ਇਹ ਕਰਉਣੀ ਆ ਤੇ ਉਹਦੇ ਵਿੱਚ ਅਸੀਂ ਆਪਦੀ ਬਚਤ ਪੈਸਿਆਂ ਦੀ ਕਿਵੇਂ ਕਰ ਸਕਦੇ ਆ ਜਾਂ ਕਿਵੇਂ ਉਹ ਸਾਨੂੰ ਇਕੱਠਾ ਫਿਰ ਅਕਿਮੂਲੇਟ ਹੋ ਕੇ ਕੋਈ ਇਕੱਠੇ ਪੈਸੇ ਮਿਲਦੇ ਆ ਜਾਂ ਉਹ ਕਿਵੇਂ ਵਰਕ ਕਰਦਾ ਸੇਵਿੰਗ ਕਿਵੇਂ ਕਰ ਸਕਦੇ ਹਾਂ ਹਾਂਜੀ ਬਿਲਕੁਲ ਜੀ ਸੋ ਦੇਖੋ ਇੰਸ਼ੋਰੈਂਸ ਦੇ ਵਿੱਚ ਬਹੁਤ ਸਾਰੇ ਡਿਫਰੈਂਟ ਆਪਸ਼ਨਸ ਹੈਗੇ ਆ ਲਵੀ ਜੀ ਕਈ ਇਦਾਂ ਦੇ ਪਲਾਨਸ ਆਏ ਨੇ ਜਿਹੜੇ ਕਹਿੰਦੇ ਵੀ ਤੁਸੀਂ ਇੱਕ ਲਿਮਟਡ ਟਾਈਮ ਤੱਕ ਪੈਸੇ ਦੇਣੇ ਆ ਕੋਈ 5 ਸਾਲ ਦੇਣੇ ਆ 10 ਸਾਲ ਜਾਂ 20 ਸਾਲ ਦੇਣੇ ਆ ਉਸ ਤੋਂ ਬਾਅਦ ਤੁਸੀਂ ਪੇਮੈਂਟ ਕੋਈ ਨਹੀਂ ਕਰਨੀ ਤੁਹਾਡੀ ਪੇਮੈਂਟ ਖਤਮ ਹੋ ਜਾਂਦੀ ਹੈ ਪਰ ਜਿਹੜੀ ਤੁਹਾਡੀ ਇੰਸ਼ੋਰੈਂਸ ਆ ਉਹ 100 ਸਾਲ ਤੱਕ ਚੱਲਦੀ ਹੈ ਜੀ ਸੋ ਪਹਿਲੀ ਗੱਲ ਤਾਂ ਇੰਸ਼ੋਰੈਂਸ ਸਾਰੀ ਲਾਈਫਟਾਈਮ ਦੀ ਹੋਗੀ। ਜੀ। ਸੈਕੰਡਲੀ ਇਹ ਹੈ ਜੀ ਕਿ ਜਿਹੜੀ ਤੁਸੀਂ ਮਨੀ ਦਿੱਤੀ ਸੀਗੀ ਉਹ ਸਾਰੀ ਦੀ ਸਾਰੀ ਤੁਹਾਡੀ ਉਹਦੀ ਜਿਹਦਾ ਕੈਸ਼ ਵੈਲੀ ਵੀ ਬਣ ਜਾਂਦੀ ਹੈ। ਕਿਉਂਕਿ ਕੰਪਨੀ ਇਨਵੈਸਟ ਕਰਦੀ ਹੈ ਜੀ ਉਹਦੇ ਤੇ ਤੁਹਾਨੂੰ ਰਿਟਰਨ ਵੀ ਦਿੰਦੇ ਆ। ਕੱਲ ਨੂੰ ਜੇ ਤੁਹਾਨੂੰ ਲੋੜ ਆ ਤੁਸੀਂ ਉਹ ਮਨੀ ਯੂਜ਼ ਵੀ ਕਰ ਸਕਦੇ ਹੋ। ਸੋ ਹਮੇਸ਼ਾ ਦੇਖੋ ਯੂ نو ਜਦੋਂ ਆਪਾਂ ਕੈਸ਼ਬੈਕ ਇਹਨਾਂ ਨੂੰ ਬਹੁਤ ਡਿਫਰੈਂਟ ਨਾਮ ਨੇ ਜੀ ਕੈਸ਼ਬੈਕ ਵਾਲੀ ਲਾਈਫ ਇੰਸ਼ੋਰੈਂਸ, ਹੋਲ ਲਾਈਫ ਇੰਸ਼ੋਰੈਂਸ, ਪਾਰਟਿਸਿਪੇਟਿੰਗ ਲਾਈਫ ਦੇ ਡਿਫਰੈਂਟ ਨੇਮਸ ਆ ਯੂ نو ਪ੍ਰੋਡਕਟਸ ਪਰ ਤੁਸੀਂ ਇਹ ਦੇਖਣਾ ਵੀ ਤੁਹਾ 5 ਲੱਖ ਦੀ ਕਰਾਣੀ ਹੈ ਹੁਣ ਕਈ ਵਾਰੀ ਲੋਕੀ ਕਹਿੰਦੇ ਵੀ ਯਾਰ ਮੈਨੂੰ ਥੋੜੀ ਸੇਵਿੰਗ ਚਾਹੀਦੀ ਹੈ ਮੇਰੇ ਕੋਲੇ ਹੋਰ ਯੂ ਨੋ ਲਾਈਫ ਇੰਸ਼ੋਰੈਂਸ ਟਰਮ ਇੰਸ਼ੋਰੈਂਸ ਲਈ ਹੋਈ ਹੈ ਪਰ ਮੈਨੂੰ ਥੋੜੀ ਸੇਵਿੰਗ ਵਾਲੀ ਵੀ ਇੰਸ਼ੋਰੈਂਸ ਚਾਹੀਦੀ ਹੈ ਜੀ ਜਾਂ ਕਈ ਵਾਰੀ ਇਦਾਂ ਦੇ ਵੀ ਪਲਾਨਸ ਹੈਗੇ ਲਵੀ ਜੀ ਜਿਹੜੀ ਤੁਸੀਂ ਟਰਮ ਇੰਸ਼ੋਰੈਂਸ ਕਰਾਈ ਹੋਈ ਹੈ ਕਿਸੇ ਨੇ 20 ਸਾਲ ਦੀਆਂ 30 ਸਾਲ ਦੀ ਇੰਸ਼ੋਰੈਂਸ ਕਰਾਈ ਹੈ ਕੱਲ ਨੂੰ ਜੇ ਤੁਸੀਂ ਉਹਨੂੰ ਹੀ ਪਰਮਨੈਂਟ ਜਾਂ ਕੈਸ਼ਬੈਕ ਵਾਲੀ ਕਨਵਰਟ ਕਰਨਾ ਤੁਹਾਡੇ ਕੋਲ ਉਹ ਵੀ ਆਪਸ਼ਨ ਹੁੰਦੀ ਹੈ ਤੁਸੀਂ ਜਦੋਂ ਮਰਜ਼ੀ ਉਹਨੂੰ ਕਨਵਰਟ ਵੀ ਕਰ ਸਕਦੇ ਹੋ ਜੀ ਸੋ ਬਹੁਤ ਸਾਰੀਆਂ ਡਿਫਰੈਂਟ ਕਿ ਤੁਹਾਡੀਆਂ ਜ਼ਰੂਰਤਾਂ ਵੀ ਪੂਰੀਆਂ ਕਰ ਰਿਹਾ ਜੇ ਹੁਣ ਆਪਾਂ ਸੇਵਿੰਗ ਵਾਲਾ ਹੀ ਲੈਣਾ ਆ ਤੁਸੀਂ ਕਿੰਨੀ ਕਿ ਸੇਵਿੰਗ ਚਾਹੁੰਦੇ ਹੋ ਤੁਹਾਡਾ ਕੀ ਗੋਲ ਹੈ ਵੀ ਓਕੇ ਤੁਸੀਂ ਉਹ ਮਨੀ ਯੂਜ਼ ਕਰਨੀ ਹੈ ਅਗਲੇ 10 ਸਾਲਾਂ ਚ ਜਾਂ 20 ਸਾਲਾਂ ਚ ਜਾਂ ਤੁਸੀਂ ਲੌਂਗ ਟਰਮ ਵਾਸਤੇ ਰੱਖਣਾ ਚਾਹੁੰਦੇ ਹੋ ਯਾ ਤੁਹਾਡਾ ਰਿਟਾਇਰਮੈਂਟ ਪਲਾਨ ਹੈ ਸੋ ਉਸ ਤਰੀਕੇ ਨਾਲ ਜਿੱਦਾਂ ਤੁਸੀਂ ਆਪਣਾ ਪਲਾਨ ਡਿਜ਼ਾਈਨ ਕਰਾਉਂਗੇ ਉਨਾ ਹੀ ਤੁਹਾਡੇ ਵਾਸਤੇ ਸੌਖਾ ਰਹੇ ਬੈਨੀਫੀਸ਼ੀਅਲ ਵੀ ਹੋਊਗਾ ਹੈ ਨਾ ਅੱਛਾ ਮਿਸਟਰ ਜੈਟਾ ਹੋਰ ਕੇਈ ਵਾਰੀ ਹੁੰਦਾ ਕਿ ਆਮ ਪਰਿਵਾਰ ਜਦੋਂ ਆਪਾਂ ਸਾਰੇ ਅਸੀਂ ਜਾਣਦੇ ਹਾਂ ਇੰਸ਼ੋਰੈਂਸ ਐਡਵਾਈਜ਼ਰ ਦੇ ਕੋਲ ਅਸੀਂ ਜਾ ਕੇ ਉਹਨਾਂ ਨੂੰ ਕਹਿ ਪਹਿਲੀ ਤਾਂ ਗੱਲ ਇਹ ਹੈ ਕਿ ਕਿਸੇ ਕਿਤੇ ਨਾ ਕਿਤੇ ਇਸ ਚੀਜ਼ ਦੀ ਜ਼ਰੂਰ ਕਮੀ ਹੁੰਦੀ ਹੈ ਕਿ ਅਸੀਂ ਆਪਣਾ ਹੋਮਵਰਕ ਕੀਤਾ ਨਹੀਂ ਹੁੰਦਾ ਸੋ ਅਸੀਂ ਸੋਚਦੇ ਆ ਵੀ ਸ਼ਾਇਦ ਜਿੰਨੇ ਵੀ ਇੰਸ਼ੋਰੈਂਸ ਐਡਵਾਈਜ਼ਰ ਹੋਂਦਾਂ ਕੋਲੇ ਕੋਈ ਇਹੋ ਜਿਹਾ ਸਿਸਟਮ ਹੋਊਗਾ ਵੀ ਸਾਨੂੰ ਸਕੈਨ ਕਰਨਗੇ ਤੇ ਉਹ ਸਾਡੀ ਜ਼ਰੂਰਤ ਮੁਤਾਬਕ ਸਾਡੇ ਜਵਾਬ ਆਪੇ ਉਹ ਲੱਭ ਲੈਣਗੇ ਆਪੇ ਸਵਾਲ ਲੱਭ ਲੈਣਗੇ ਹਾਂਜੀ ਸੋ ਜਦੋਂ ਅਸੀਂ ਕਿਸੇ ਇੰਸ਼ੋਰੈਂਸ ਐਡਵਾਈਜ਼ਰ ਦੇ ਕੋਲ ਜਾਣਾ ਕੀ ਤਿਆਰੀ ਨਾਲ ਜਾਈਏ ਕਿਸ ਤਰ੍ਹਾਂ ਦੇ ਸਵਾਲ ਜਿਹੜੇ ਸਾਨੂੰ ਪੁੱਛਣੇ ਚਾਹੀਦੇ ਆ ਤਾਂ ਕਿ ਮੈਨੂੰ ਲੱਗਦਾ ਕਿ ਇਸ ਗੱਲ 'ਚ ਵੀ ਹਰਜ਼ ਦੀ ਕਿ ਜੇ ਅਸੀਂ ਕਾਪੀ ਪੈਂਤੀ ਲਿਖ ਲਈਏ ਤਾਂ ਉਹ ਸਵਾਲ ਅਸੀਂ ਜਾ ਕੇ ਪੁੱਛੀਏ ਸੋ ਬੇਸਿਕ ਸਵਾਲ ਸਾਨੂੰ ਕਿਹੜੇ ਪੁੱਛ ਲੈਣੇ ਚਾਹੀਦੇ ਆ ਕਿ ਸਾਡੀ ਇੰਸ਼ੋਰੈਂਸ ਦੀ ਜਿਹੜੀ ਸਿਲੈਕਸ਼ਨ ਉਹ ਠੀਕ ਹੋਵੇ ਹਾਂਜੀ ਬਿਲਕੁਲ ਜੀ ਸੋ ਬਿਲਕੁਲ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਤੇ ਦੇਖੋ ਹੁਣ ਤਾਂ ਕਾਫੀ ਲੋਕੀ ਵਾਕਈ ਜੀ ਜਿਦਾਂ ਕਹਿ ਲਓ ਵੀ ਆਪਾਂ ਕਿਉਂਕਿ ਇੰਨੇ ਪ੍ਰੋਗਰਾਮ ਕਰਦੇ ਆ ਇੰਨੀ ਅਵੇਅਰਨੈਸ ਹੈ ਹਰ ਜਗ੍ਹਾ ਤੇ ਟੀਵੀ ਰੇਡੀਓ ਤੇ ਸੋ ਲੋਕੀ ਹੁਣ ਯੂ نو ਇਸ ਪ ਅਨੁਸਾਰੀ ਪਲਾਨਸ ਬਾਰੇ ਵੀ ਜਾਣਕਾਰੀ ਹੈਗੀ ਹੈ ਸਾਡੇ ਵਾਸਤੇ ਹੁਣ ਸਾਡੀ ਯੂ ਨੋ ਆਈਨੀ ਏਜ ਆ ਇਨੀ ਜ਼ਰੂਰਤ ਆ ਇਹਦੇ ਹਿਸਾਬ ਨਾਲ ਸਾਨੂੰ ਦੱਸੋ ਵੀ ਹੁਣ ਤੁਸੀਂ ਕਿਹੜਾ ਰეკਮੈਂਡ ਕਰਦੇ ਹੋ ਸੋ ਚੰਗਾ ਲੱਗਦਾ ਜੀ ਲੋਕਾਂ ਨੂੰ ਪਹਿਲਾਂ ਹੀ ਜਦੋਂ ਨੋਲਿਜ ਹੁੰਦੀ ਹੈ ਵੀ ਓਕੇ ਤੁਹਾਡੇ ਕੋਲੇ ਵੀ ਯੂ ਨੋ ਆਪਣਾ ਹੋਮਵਰਕ ਉਹਨਾਂ ਨੇ ਕੀਤਾ ਹੋਇਆ ਬੇਸਿਕ ਇਨਫੋਰਮੇਸ਼ਨ ਆ ਵੀ ਓਕੇ ਮੇਰੀ ਮੇਰਾ ਯੂ ਨੋ ਗੋਲਸ ਇਹ ਨੇ ਮੇਰੇ ਕੋਲ ਮੇਰੀ ਲਾਇਬਿਲਟੀ ਮੇਰੀ ਇਨੀ ਆ ਮੇਰੇ ਫੈਮਿਲੀ ਦਾ ਮੇਰਾ ਲਾਈਫ ਸਟਾਈਲ ਇਹ ਆ ਮੇਰੀ ਇਨਕਮ ਇਹ ਆ ਅੱਜ ਤੋਂ 5 ਸਾਲ ਬਾਅਦ 10 ਸਾਲ ਬਾਅਦ ਮੇਰੇ ਆ ਗੋਲ ਨੇ ਮੈਂ ਇਨੀ ਇਨਵੈਸਟਮੈਂਟ ਕਰ ਇਹ ਜਦੋਂ ਤੁਸੀਂ ਸਾਰੀਆਂ ਚੀਜ਼ਾਂ ਜਿੰਨੀਆਂ ਤੁਹਾਨੂੰ ਕਲੀਅਰ ਹੋਣੀਆਂ ਜੀ ਉਨਾ ਹੀ ਐਡਵਾਈਜ਼ਰ ਵਾਸਤੇ ਈਜ਼ੀ ਹੈ ਤੁਹਾਡੇ ਲਈ ਉਹ ਪ੍ਰੋਪਰ ਪਲਾਨ ਡਿਜ਼ਾਈਨ ਕਰਨਾ। ਵਾਕਈ ਸਾਡੇ ਕੋਲ ਟੂਲਸ ਵੀ ਦਿੱਤੇ ਹੁੰਦੇ ਆ ਜੀ। ਯੂ نو ਨੀਡ ਐਨਾਲਿਸਿਸ ਕਹਿੰਦੇ ਆ ਜੀ ਜਿਨ੍ਹਾਂ ਨੂੰ ਇੱਕ ਜੇ ਟੈਕਨੀਕਲ ਟਰਮ ਯੂਜ਼ ਕਰਦੇ ਆ। ਸੋ ਫਾਈਨੈਂਸ਼ੀਅਲ ਨੀਡ ਐਨਾਲਿਸਿਸ ਉਹਦੇ ਨਾਲ ਬੇਸਿਕਲੀ ਅਸੀਂ ਦੇਖ ਸਕਦੇ ਆ ਵੀ ਓਕੇ ਕਲਾਇੰਟ ਤੋਂ ਪੁੱਛ ਲਈ ਜੀ ਓਕੇ ਤੁਹਾਡੀ ਇਨਕਮ ਕਿੰਨੀ ਹੈ ਜੀ। ਤੁਹਾਡੀ ਯੂ نو ਗੋਲਸ ਕੀ ਨੇ? ਤੁਹਾਡੇ ਖਰਚੇ ਕਿੰਨੇ ਨੇ? ਤੁਹਾਡੇ ਯੂ نو ਫੈਮਿਲੀ ਚ ਕੌਣ ਕੌਣ ਨੇ? ਤੁਹਾਡੀ ਕੋਈ ਹੈਲਥ ਕੰਡੀਸ਼ਨਸ। ਸੋ ਸਾਰਾ ਇੱਕ ਜਿਹਦੇ ਦਾ ਪੂਰਾ ਚਾਰਟ ਹੁੰਦਾ ਜੀ ਸਾਡੇ ਕੋਲੇ ਜਿਹਦੇ ਨਾਲ ਅਸੀਂ ਯੂ نو ਨੈਰੋ ਡ ਇਹ ਨਹੀਂ ਹੈ ਵੀ ਸਾਰਿਆਂ ਨੂੰ ਵੀ 5 ਲੱਖ ਦੀ ਚਾਹੀਦੀ ਹੈ ਜਾਂ ਮਿਲੀਅਨ ਦੀ ਚਾਹੀਦੀ ਹੈ ਸੋ ਤੁਹਾਡੀ ਜ਼ਰੂਰ ਜ਼ ਡਿਫਰੈਂਟ ਹੈ ਜੀ ਮੇਰੀ ਜ਼ਰੂਰਤ ਡਿਫਰੈਂਟ ਹੈ ਉਸ ਹਿਸਾਬ ਨਾਲ ਹੀ ਤੁਹਾਡੇ ਜਿਹੜੇ ਪਲਾਨਸ ਨੇ ਡਿਜ਼ਾਈਨ ਹੁੰਦੇ ਆ ਸੋ ਬਿਲਕੁਲ ਜੇ ਤੁਸੀਂ ਜਿੰਨਾ ਆਪਣਾ ਹੋਮਵਰਕ ਕਰ ਲਓਗੇ ਹੁਣ ਜੇ ਤੁਹਾਨੂੰ ਪਤਾ ਵੀ ਮੈਂ ਟਰੱਕਿੰਗ ਇੰਡਸਟਰੀ ਚ ਆ ਜਾਂ ਮੈਂ ਕੰਸਟਰਕਸ਼ਨ ਇੰਡਸਟਰੀ ਚ ਆ ਮੈਨੂੰ ਪਤਾ ਵੀ ਮੇਰੇ ਸੱਟ ਲੱਗਣ ਦੇ ਚਾਂਸ ਜ਼ਿਆਦਾ ਨੇ ਉਹ ਮੇਰੇ ਵਾਸਤੇ ਡਿਸੇਬਿਲਟੀ ਇੰਸ਼ੋਰੈਂਸ ਬੈਟਰ ਪ੍ਰੋਡਕਟ ਹੈ ਯੂ نو ਹੁਣ ਜੇ ਤੁਹਾਡੀ ਫੈਮਿਲੀ ਹਿਸਟਰੀ ਦੇ ਵਿੱਚ ਪਤਾ ਆ ਵੀ ਓਕੇ ਸਾਰੇ ਡਾਇਬੀਟਿਸ ਦੇ ਪੇਸ਼ੈਂਟ ਨੇ ਜਾਂ ਹ ਦੀ ਮੌਰਗੇਜ ਮੇਰੇ ਕੋਲ ਘਰ ਦੇ ਵੀ ਲੋਨਸ ਨੇ ਬੱਚਿਆਂ ਦੀ ਮੈਨੋ ਪੇਮੈਂਟਸ ਨੇ ਮੇਰੇ ਕੋਲ ਹੋਰ ਮੈਂ ਇਨਵੈਸਟਮੈਂਟ ਕੀਤੀਆਂ ਨੇ ਮੇਰੀ ਲਾਈਫ ਇੰਸ਼ੋਰੈਂਸ ਮੇਰੇ ਕੋਲ ਜ਼ਿਆਦਾ ਹੋਣੀ ਚਾਹੀਦੀ ਹੈ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜੀ ਤੁਹਾਡੀ ਜ਼ਰੂਰਤ ਮੁਤਾਬਕ ਨੇ ਸੋ ਉਸ ਤਰੀਕੇ ਨਾਲ ਤੁਸੀਂ ਆਪਣੇ ਐਡਵਾਈਜ਼ਰ ਨਾਲ ਬੈਠ ਕੇ ਪਹਿਲਾਂ ਤਾਂ ਆਪ ਆਪਣਾ ਹੋਮਵਰਕ ਜ਼ਰੂਰ ਕਰੋ ਜਿੰਨਾ ਵੀ ਤੁਸੀਂ ਬਿਲਕੁਲ ਜੇ ਪੇਪਰ ਪੈਨ ਤੇ ਲਿਖਣਾ ਅੱਜ ਕੱਲ੍ਹ ਫੋਨ ਤੇ ਲੋਕੀ ਲਿਖ ਕੇ ਲੈ ਜਾਂਦੇ ਆ ਜਿੱਦਾਂ ਵੀ ਤੁਹਾਨੂੰ ਕੰਵੀਨੀਅੰਟ ਆ ਤੁਸੀਂ ਆਪਣੀ ਲਿਸਟ ਵੀ ਜ਼ਰੂਰ ਬਣਾਓ ਬਾਕੀ ਐਡਵਾਈਜ਼ਰ ਜਦੋਂ ਪ੍ਰੋਫੈਸ਼ਨਲ ਐਡਵਾਈਜ਼ਰ ਨਾਲ ਬੈਠੋਗੇ ਜੀ ਉਹਨਾਂ ਤੋਂ ਸਾਰੇ ਕੁਐਸਚਨ ਪੁੱਛੋ ਇੱਕ ਸਭ ਤੋਂ ਜ਼ਰੂਰੀ ਚੀਜ਼ ਇਹ ਹੁੰਦੀ ਜੀ ਕਿਉਂਕਿ ਕਵਰ ਜਿਹੜੀ ਹੈ ਉਹ ਤਾਂ ਪਸਾਰੇ ਬਸ ਉਹ ਤਾਂ ਗੱਲ ਹੀ ਕਰਨੀ ਹੈ ਜੀ ਓਕੇ ਵੀ ਇੰਨੇ ਵੀ ਲਾਈਫ ਇੰਸ਼ੋਰੈਂਸ ਇੰਨੇ ਤੇ ਆ ਸੁਪਰਵਾਈਜ਼ਰ ਜੀ ਆ ਜੀ ਆ ਜੀ ਪਰ ਜਿਹੜੀਆਂ ਚੀਜ਼ਾਂ ਕਵਰਡ ਨਹੀਂ ਹੈਗੀਆਂ ਉਹਨੂੰ ਐਕਸਕਲੂਜਨ ਕਹਿੰਦੇ ਜੀ ਇੱਕ ਟੈਕਨੀਕਲ ਟਰਮ ਹੈ ਵੀ ਐਕਸਕਲੂਜਨਸ ਵੀ ਕਿਹੜੀ ਚੀਜ਼ ਕਵਰ ਨਹੀਂ ਹੈਗੀ ਸੋ ਉਹ ਚੀਜ਼ ਵੀ ਜ਼ਰੂਰ ਡਿਸਕਸ ਕਰੋ ਤਾਂਕਿ ਤੁਹਾਨੂੰ ਜਿੰਨੀ ਕਲੈਰਟੀ ਤੁਹਾਨੂੰ ਹੋਏਗੀ ਜੀ ਪ੍ਰੋਡਕਟ ਬਾਰੇ ਕਿ ਤੁਹਾਨੂੰ ਪਤਾ ਵੀ ਓਕੇ ਮੇਰੀ ਲਾਈਫ ਇੰਸ਼ੋਰੈਂਸ ਦੇ ਵਿੱਚ ਆਹ ਚੀਜ਼ ਨਹੀਂ ਹੈਗੀ ਜਾਂ ਮੇਰੀ ਕ੍ਰਿਟੀਕਲ ਇੰਸ਼ੋਰੈਂਸ ਵਿੱਚ ਆਹ ਬਿਮਾਰੀਆਂ ਕਵਰਡ ਨਹੀਂ ਹੈਗੀਆਂ ਜਾਂ ਮੇਰੇ ਸੁਪਰਵਾਈਜ਼ਰ ਕਵਰੇਜ ਨਹੀਂ ਨਹੀਂ ਹੈਗੀ ਤੇ ਜਿੰਨੀ ਤੁਹਾਨੂੰ ਕੁਆਲਿਟੀ ਹੋਏਗੀ ਉਹਨਾਂ ਤੁਹਾਡੇ ਵਾਸਤੇ ਸੌਖਾ ਰਹਿੰਦਾ ਹੈ ਬਿਲਕੁਲ ਜੀ ਤੇ ਹੁਣ ਆਪਾਂ ਖੈਰ ਪਰਿਵਾਰ ਦੀ ਇੰਸ਼ੋਰੈਂਸ ਦੀ ਗੱਲ ਕੀਤੀ ਆ ਹੁਣ ਆਪਾਂ ਥੋੜਾ ਜਿਹਾ ਬੱਚਿਆਂ ਵਾਲਾ ਜਾਈਏ ਖਾਸ ਕਰਕੇ ਜਦੋਂ ਆਪਾਂ ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲਾਨ ਦੀ ਗੱਲ ਕਰਦੇ ਆ ਆਰਈਐਸਪੀ ਦੀ ਗੱਲ ਕਰਦੇ ਆ ਜੋ ਬਹੁਤੇ ਮਾਪਿਆਂ ਦਾ ਨੇ ਇਹ ਰੁਝਾਨ ਹੁੰਦਾ ਇਹ ਇਹ ਸੋਚ ਹੁੰਦੀ ਆ ਵੀ ਸਾਨੂੰ ਜੀ ਇਹ ਕੋਈ ਖਾਸ ਪਲਾਨ ਲੈਣ ਦੀ ਜ਼ਰੂਰਤ ਨਹੀਂ ਅਸੀਂ ਆਰਈਐਸਪੀ ਨਹੀਂ ਲੈਂਦੇ ਅਸੀਂ ਆਪ ਹੀ ਜੀ ਬੱਚਿਆਂ ਦੇ ਨਾਂ ਤੇ 200 400 500 ਜਿੰਦੀ ਸਾਡੀ ਜੇਬ ਇਜਾਜ਼ਤ ਦਿੰਦੀ ਆ ਅਸੀਂ ਆਪਣੇ ਇੱਕ ਅਕ ਦਸੋ ਵੀ आरईएसपी ਇਹ ਪਲਾਨ ਲੈਣ ਦਾ ਕੀ ਫਾਇਦਾ ਜਾਂ ਗਵਰਨਮੈਂਟ ਵੱਲੋਂ ਜਿਹੜੀਆਂ ਗ੍ਰਾਂਟਸ ਆਉਂਦੀਆਂ ਉਹ ਮੁਫਤ ਦੇ ਵਿੱਚ ਸਾ ਤੋਂ ਜਿਹੜਾ ਪੈਸਾ ਮਿਲਦਾ ਉਹਦੇ ਬਾਰੇ ਜ਼ਰੂਰ ਪਰਿਵਾਰਾਂ ਨੂੰ ਦੱਸੋ ਹਾਂਜੀ ਬਿਲਕੁਲ ਜੀ ਸੋ ਦੇਖੋ ਹਮੇਸ਼ਾ ਕੋਸ਼ਿਸ਼ ਤਾਂ ਹਰੇਕ ਪਰਿਵਾਰ ਦੀ ਹੁੰਦੀ ਹੈ ਵੀ ਸੇਵਿੰਗ ਕਰੀਏ ਜੀ ਹੁਣ ਜੇ ਲੈਟਸ ਸੇ ਕੋਈ ਆਰਈਐਸਪੀ ਜੇ ਨਹੀਂ ਕਰਾਂਦਾ ਜੀ ਉਹਦੇ ਵਿੱਚ ਹੁਣ ਕੀ ਜਾਂਦਾ ਮੈਂ ਬੜੀ ਅਰੀ ਦੇਖਿਆ ਲੱਗਿਆ ਉਹਨਾਂ 200 300 ਡਾਲਰ ਬੰਦੇ ਪਾ ਰਹੇ ਨੇ ਬੈਂਕ 'ਚ ਇਕੱਠੇ ਕਰ ਰਹੇ ਆ ਕੱਲ ਨੂੰ ਇੱਕਦਮ ਲੋੜ ਪਈ ਉਹੀ ਪੈਸੇ ਯੂਜ਼ ਕਰ ਲੈਂਦੇ ਆ ਜੀ ਲੈਕੋ ਉਤ ਮੁੜ ਕੇ ਫੇਰ ਦੁਬਾਰਾ ਸਰਕਲ 0 ਤੇ ਆ ਜਾਂਦਾ ਰਹੀ ਹੁਣ ਉਹੀ ਚੀਜ਼ ਜੋ ਤੁਸੀਂ ਆਰਆਈਐਸਪੀ ਦੇ ਵਿੱਚ ਕਰ ਚੁੱਕੇ ਹੋ ਜੀ ਪਹਿਲੀ ਗੱਲ ਤਾਂ ਇੱਥੇ ਇਹ ਹੈ ਕਿ ਜਦੋਂ ਤੁਸੀਂ ਆਰਆਈਐਸਪੀ ਚ ਇਨਵੈਸਟ ਕਰਦੇ ਹੋ ਜੀ ਤੁਹਾਨੂੰ ਪ੍ਰੋਵਿੰਸ਼ੀਅਲ ਗਵਰਨਮੈਂਟ ਤੋਂ ਤੁਹਾਨੂੰ ਫੈਡਰਲ ਗਵਰਨਮੈਂਟ ਤੋਂ ਗ੍ਰਾਂਟ ਮਿਲਦੀ ਹੈ ਹੁਣ ਪੂਰੀ ਯੂ ਨੋ 18 ਸਾਲ ਦੀ ਜੇ ਆਪਾਂ ਗ੍ਰਾਂਟ ਦੇਖੀ 7200 ਡਾਲਰ ਜਿਹੜੀ ਹੈ ਤੁਹਾਨੂੰ ਗ੍ਰਾਂਟ ਮਿਲਦੀ ਹੈ ਪਲੱਸ ਲਾਈਕ ਯੂ ਨੋ ਤੁਹਾਨੂੰ ਯੂ ਨੋ ਹੋਰ ਵੀ ਜਿਹੜੀਆਂ ਛੋਟੇ ਮੋਟੇ ਗ੍ਰਾਂਟਸ ਨੇ ਤੁਸੀਂ ਉਹਦੇ ਲਈ ਕੁਆਲੀਫਾਈ ਕਰਦੇ ਹੋ ਬੇਸਡ ਔਨ ਤੁਹਾਡੀ ਇਨਕਮ ਤੇ ਹਿਸ ਜਾਂ ਇਨਵੈਸਟ ਕਰਨ ਲੱਗ ਜਨ ਜੀ ਉੱਥੇ ਪਤਾ ਵੀ ਹੁਣ ਆਪਾਂ ਕਢਾ ਨਹੀਂ ਸਕਦੇ ਲੇਕਿਨ ਆ ਵੀ ਹੁਣ ਉੱਥੇ ਉਹ ਜਾ ਰਹੇ ਨੇ ਬਸ ਲੋਕ ਹੋ ਗਏ ਵੀ ਹੁਣ ਬੱਚਿਆਂ ਦੀ ਪੜਾਈ ਹਾਂ ਬੱਚਿਆਂ ਦੀ ਪੜਾਈ ਵਾਸਤੇ ਐ ਸੋ ਇਸ ਕਰਕੇ ਉਹ ਇੱਕ ਇੱਕ ਕਾਫੀ ਪੇਰੈਂਟਸ ਰਾਣ ਕੇ ਉਹ ਕਹਿੰਦਾ ਯਾਰ ਅਸੀਂ 2-3 ਸਾਲ ਟਰਾਈ ਕਰਕੇ ਦੇਖ ਲਿਆ ਜੋ ਸਾਨੂੰ ਲੋੜ ਨਹੀਂ ਜੇ ਜਾ ਕੇ ਕਢ ਲੈਂਦੇ ਸੀ ਇਹ ਹੁਣ ਨਹੀਂ ਯਾਰ ਹੁਣ ਇਹ ਆਰਈਐਸਪੀ ਰੀਸੀ ਰਜਿਸਟਰ ਕਰਾ ਦਈਏ ਮੈਨੂੰ ਸਾਨੂੰ ਪਤਾ ਵੀ ਉਹ ਗਏ ਵੀ ਹੁਣ ਅਸੀਂ 18 ਸਾਲ ਨੂੰ ਅਸੀਂ ਟੱਚ ਨਹੀਂ ਕਰ ਸਕਦੇ ਰਾਈਟ ਸੋ ਬਿਲਕੁਲ ਦੇਖੋ ਹੁੰਦਾ ਤਾਂ ਆਪਸ਼ਨ ਇਹ ਐ ਵੀ ਤੁਸੀਂ ਜਦੋਂ ਮਰਜ਼ੀ ਨੂੰ ਬੰਦ ਵੀ ਕਰ ਸਕਦੇ ਹੋ ਕਢਾ ਵੀ ਸਕਦੇ ਹੋ ਜੋ ਕਰਕੇ ਇਹ ਜਿਹੜੀ ਚੀਜ਼ਾਂ ਇਦਾਂ ਡਿਜ਼ਾਈਨ ਕੀਤੀਆਂ ਜਿਵੇਂ ਤੁਸੀਂ ਬੱਚਿਆਂ ਵਾਸਤੇ ਇਦਾਂ ਦਾ ਪਲਾਨ ਡਿਜ਼ਾਈਨ ਕਰੋ ਤਾਂ ਕਿ ਕੱਲ ਨੂੰ ਜਦੋਂ ਬੱਚੇ ਨੂੰ ਲੋੜ ਹੈ ਯੂਨੀਵਰਸਿਟੀ ਜਾਣ ਲਈ ਤੁਹਾਨੂੰ ਇਧਰ ਉਧਰ ਦੇਖਣ ਦੀ ਲੋੜ ਨਾ ਪਵੇ ਲਾਈਕ ਯੂ نو ਇਹ ਨਾ ਕਿਸੇ ਵੀ ਆਰ ਹੁਣ ਪੈਸੇ ਕਿੱਥੋਂ ਇਕੱਠੇ ਕਰਨੇ ਆ ਉਹਨੇ ਯੂਨੀਵਰਸਿਟੀ ਜਾਣਾ ਹੈ ਬੱਚਾ ਤੁਹਾਨੂੰ ਪਤਾ ਇੰਟੈਲੀਜੈਂਟ ਆ ਪਰ ਤੁਸੀਂ ਦੇਖੋ ਯਾਰ ਹੁਣ ਤਾਂ ਪੈਸੇ ਹੀ ਨਹੀਂ ਹੈ ਕਿ ਉਹਨੂੰ ਭੇਜੀ ਕਿਦਾਂ ਲੋਨ ਲਈਏ ਕਿਦਾਂ ਕਰੀਏ ਸੋ ਉਹ ਚੀਜ਼ਾਂ ਤੋਂ ਬਚਣ ਵਾਸਤੇ ਜਿਹੜਾ ਆ ਰੀਐਸਪੀ ਇੱਕ ਬਹੁਤ ਵਧੀਆ ਟੂਲ ਹੈ ਜੀ ਤੁਸੀਂ ਜਿਹੜੀ ਮਨੀ ਇਨਵੈਸਟ ਕਰ ਰਹੇ ਹੋ ਆਲਮੋਸਟ 20% ਤੱਕ ਜੀ ਜਿੱਦਾਂ ਕਹਿ ਲਓ ਵੀ ਗਵਰਨਮੈਂਟ ਤੁਹਾਨੂੰ ਗ੍ਰਾਂਟ ਦੇ ਦਿੰਦੀ ਹੈ ਜੀ রাইਟ ਸੋ ਤੁਹਾਡੀ ਟੋਟਲ ਜਦੋਂ ਜਦ ਤੱਕ ਬੱਚੇ ਨੇ ਯੂਨੀਵਰਸਿਟੀ ਦਾ ਜਾਣਾ ਤੁਹਾਡੇ ਤੱਕ ਉੱਥੇ ਵਧੀਆ 40-50 ਹਜ਼ਾਰ ਡਾਲਰ ਇਵਨ ਮੋਰ ਯਾਨੀ ਤੁਹਾਡੇ ਕੋਲ ਉੱਥੇ ਪਿਆ ਹੁੰਦਾ ਜਿਹੜਾ ਕੱਲ ਨੂੰ ਬੱਚੇ ਦੀ ਐਜੂਕੇਸ਼ਨ ਵਾਸਤੇ ਤੁਸੀਂ ਯੂਜ਼ ਕਰ ਸਕਦੇ ਹੋ ਯੂਜ਼ ਕਰ ਸਕਦੇ ਹੋ ਹੈਨਾ ਅੱਛਾ ਕਈ ਕੇਸਿਸ ਦੇ ਵਿੱਚ ਇਦਾਂ ਹੋ ਸਕਦਾ ਹੈ ਕਿ ਇੱਕ ਤੋਂ ਜ਼ਿਆਦਾ ਬੱਚੇ ਹੈ ਹੈਨਾ ਦੋ ਜਾਂ ਤਿੰਨ ਬੱਚੇ ਆ ਤੁਹਾਡੇ ਕੋਲ ਤੇ ਫਿਰ ਤੁਸੀਂ ਜਦੋਂ ਐਜੂਕੇਸ਼ਨ ਪਲਾਨ ਲੈਣਾ ਮੰਨ ਲਓ ਕਿ ਪਹਿਲਾ ਬੱਚਾ ਜਿਹੜਾ ਤੁਹਾਡਾ ਸਭ ਤੋਂ ਵੱਡਾ ਬੱਚਾ ਉਹ ਯੂਨੀਵਰਸਿਟੀ ਨਹੀਂ ਉਹਦੇ ਨਾਲ ਤੇ ਕੰਟਰੀਬਿਊਸ਼ਨਾਂ ਜਾਂ ਫਿਰ ਉਹਦੇ ਨਾਲ ਤੇ ਜਿੰਨੇ ਵੀ ਪੈਸੇ ਜੁੜੇ ਹੋਏ ਆ ਕੀ ਤੁਸੀਂ ਦੂਸਰੇ ਬੱਚਿਆਂ ਲਈ ਉਹ ਵਰਤ ਸਕਦੇ ਆ ਬਿਲਕੁਲ ਬਿਲਕੁਲ ਐਬਸੋਲੂਟਲੀ ਜੀ ਸੋ ਵੀ ਬਹੁਤ ਵਧੀਆ ਕੁਐਸਚਨ ਤੁਹਾਡਾ ਬਿਲਕੁਲ ਇਦਾਂ ਹੀ ਆ ਦੇਖੋ ਜੇ ਹੁਣ ਕਿਸੇ ਰੀਜ਼ਨ ਕਰਕੇ ਯੂ نو ਵੱਡਾ ਬੱਚਾ ਨਹੀਂ ਗਿਆ ਜਾਂ ਉਹਨੇ ਆਪਣਾ ਕੋਈ ਕੰਮ ਕਰ ਲਿਆ ਜਾਂ ਵਾਟਵਰ ਰੀਜ਼ਨ ਮੇਬੀ ਬਿਲਕੁਲ ਜਿਹੜੀ ਤੁਹਾਡੀ ਉਹ ਕੰਟਰੀਬਿਊਸ਼ਨ ਆ ਤੁਸੀਂ ਉਹ ਦੂਜੇ ਬੱਚੇ ਵਾਸਤੇ ਯੂਜ਼ ਕਰ ਸਕਦੇ ਹੋ ਆਰਈਐਸਪੀਐਲ ਕੰਪਨੀ ਨੂੰ ਕੋਈ ਇਸ਼ੂ ਨਹੀਂ ਹੈਗਾ ਉਹਦੇ ਵਿੱਚ ਸਿਰਫ ਇੱਕ ਚੀਜ਼ ਹੁੰਦੀ ਆ ਹੁਣ ਜੇ ਤੁਸੀਂ ਪਹਿਲਾਂ ਵੀ ਬੱਚੇ ਦੀ ਯੂ نو ਸੈਕੰਡ ਬੱਚੇ ਦੀ ਵੀ ਜੀ ਸੋ ਕਈ ਰੀ ਬੰਦਾ ਸੋਚਦਾ ਹੁੰਦਾ ਦੀ ਵਾਪਸ ਗਾਡੀ ਹੈ ਜੀ ਗ੍ਰਾਂਟ ਉਹਨਾਂ ਨੇ ਸੋ ਗ੍ਰਾਂਟ ਜਿਹੜੀ ਉਹ ਪਰ ਸਟੂਡੈਂਟ ਦੇ ਹਿਸਾਬ ਨਾਲ ਹੀ ਹੈ ਸੋ ਕਈ ਰੀ ਬੰਦਾ ਸੋਚਦਾ ਵੀ ਚਲੋ ਗ੍ਰਾਂਟ ਵੀ ਆ ਜੂਗੀ ਜਾਂ ਕੁਛ ਅਦਾਂ ਸੋ ਉਹ ਚੀਜ਼ ਨਹੀਂ ਹੋਣੀ ਪਰ ਯੈਸ ਜੇ ਤੁਸੀਂ ਲਾਈਕ ਯੂ نو ਵੱਡੇ ਦਾ ਲਿਆ ਹੋਇਆ ਸੀਗਾ ਛੋਟੇ ਦੀ ਤੁਸੀਂ ਨਹੀਂ ਲਈ ਸੀ ਕਿਸੇ ਰੀਜ਼ਨ ਕਰਕੇ ਤੁਸੀਂ ਸਾਰੀ ਸਾਰੀ ਜਿਹੜੀ ਉਹ ਯੂ نو ਟ੍ਰਾਂਸਫਰ ਕਰ ਸਕਦੇ ਹੋ ਪਰ ਅਗੇਨ ਡਿਪੈਂਡਿੰਗ ਔਨ ਕਿਹੜੀ ਕੰਪਨੀ ਦਾ ਤੁਸੀਂ ਪਲਾਨ ਲਿਆ ਉਹਦੇ ਚ ਕੀ ਫੀਸ ਨੇ ਜਾਂ ਕੁਝ ਉਹ ਜ਼ਰੂਰ ਆਪਣੇ ਐਡਵਾਈਜ਼ਰ ਨਾਲ ਯੂ نو ਡਿਸਕਸ ਕਰ ਲਓ ਕਿਉਂਕਿ ਆਰਈਐਸਪੀ ਹਰ ਅਦਾਰੇ ਕਰਦਾ ਜੀ ਡਿਜ਼ਾਈਨ ਬੈਂਕ ਵੀ ਡਿਜ਼ਾਈਨ ਕਰਦੀਆਂ ਇੰਸ਼ੋਰੈਂਸ ਕੰਪਨੀ ਵੀ ਡਿਜ਼ਾਈਨ ਕਰਦੀਆਂ ਪਰ ਹਰੇਕ ਦਾ ਜਿਹੜਾ ਸਿਸਟਮ ਆ ਜਾਂ ਜਿਹੜੀਆਂ ਫੀਸ ਨੇ ਜਾਂ ਜਿਹੜਾ ਯੂ نو ਉਹਨਾਂ ਨੇ ਜਿਹੜੇ ਕੈਲਕੂਲੇਸ਼ਨਸ ਨੇ ਉਹ ਥੋੜੀਆਂ ਡਿਫਰੈਂਟ ਨੇ ਸੋ ਆਪਣੇ ਐਡਵਾਈਜ਼ਰ ਨਾਲ ਹੋਰ ਜੀ ਅੱਜ ਕੱਲ ਦੇ ਜਿਹੜੇ ਸਮੇਂ ਦੀ ਜ਼ਿਆਦਾ ਚਰਚਾ ਦਾ ਵਿਸ਼ਾ ਰਹਿੰਦਾ ਉਹ ਵਿਸ਼ਾ ਹੈਗਾ ਜੀ ਮਾਰਗੇਜਸ ਜਿਹੜੀਆਂ ਮਾਰਗੇਜਸ ਦੀਆਂ ਆਪਣੀਆਂ ਹੁਣ ਕਿਸ਼ਤਾਂ ਕਰਾਂ ਦੀਆਂ ਬਣ ਗਈਆਂ 3 ਗੁਣਾ ਜ਼ਿਆਦਾ ਵਡੀਆਂ ਹੋ ਕੇ ਸਾਡੀ ਜੇਬ ਦੇ ਵਿੱਚੋਂ ਹੋ ਨਿਕਲਦੀਆਂ ਸੋ ਬਹੁਤੇ ਸਵਾਲ ਇਹੋ ਜਿਹੇ ਵੀ ਆਉਂਦੇ ਆ ਕਿ ਕੀ ਜਦੋਂ ਹੁਣ ਅਸੀਂ ਮਾਰਗੇਜ ਇੰਸ਼ੋਰੈਂਸ ਲੈਂਦੇ ਆ ਕਿ ਉਹ ਜ਼ਿਆਦਾ ਮਹਿੰਗੀ ਹੋਗੀ ਆ ਲਾਈਫ ਇੰਸ਼ੋਰੈਂਸ ਦੇ ਨਾਲ ਤੇ ਜਾਂ ਫਿਰ ਜੇ ਅਸੀਂ ਦੋਹਾਂ ਨੂੰ ਇੱਕੋ ਥਾਂ ਤੇ ਬੰਨਣਾ ਆ ਤੇ ਉਹ ਵੀ ਸਾਡੇ ਕੋਲ ਆਪਸ਼ਨ ਹੁੰਦੀ ਆ ਵੀ ਅਸੀਂ ਇਕੱਠੇ ਕਰ ਸਕਦੇ ਨਾਲੇ ਤਾਂ ਸਾਡੀ ਮਾਰਗੇਜ ਇੰਸ਼ੋਰੈਂਸ ਦਾ ਉਹਦਾ ਸਰ ਜੀ ਤੇ ਨਾਲੇ ਸਾਨੂੰ ਲਾਈਫ ਇੰਸ਼ੋਰੈਂਸ ਦੇ ਬੈਨੀਫਿਟ ਵੀ ਮਿਲ ਜਣ ਸੋ ਇਹਦੀਆਂ ਆਪਸ਼ਨਸ ਬਾਰੇ ਤੋਂ ਹਾਂਜੀ ਬਿਲਕੁਲ ਜੀ ਬਿਲਕੁਲ ਇਹ ਤੁਸੀਂ ਇਕੱਠੀਆਂ ਕਰ ਸਕਦੇ ਜੀ ਦੇਖੋ ਮੇਨ ਚੀਜ਼ੇ ਹੁੰਦੀ ਹੈ ਕਾਫੀ ਲੋਕਾਂ ਦੀ ਕਾਲਸ ਵੀ ਆਉਂਦੀਆਂ ਜੀ ਰੋਜ਼ ਵੀ ਹੁਣ ਸਾਡੀ ਯੂ ਨੋ ਕਿਸ਼ਤ ਵਧ ਗਈ ਹੈ ਵੀ ਹੁਣ ਸਾਡੀ ਯੂ ਨੋ ਮਾਰਗੇਜ ਜਿਹੜੀ ਹੈ ਯੂ ਨੋ ਰੇਟਸ ਵਧਣ ਕਰਕੇ ਕਿਸ਼ਤ ਵਧੀ ਹੈ ਹੁਣ ਸਾਡੀ ਇੰਸ਼ੋਰੈਂਸ ਵੀ ਜਿਹੜੀ ਮਾਰਗੇਜ ਇੰਸ਼ੋਰੈਂਸ ਕਰਾਈ ਸੀ ਕੀ ਉਹ ਵੀ ਵਧੂਗੀ ਸੋ ਪਹਿਲੀ ਗੱਲ ਇਹ ਹੁੰਦੀ ਜੀ ਦੇਖੋ ਜੇ ਤੁਸੀਂ ਉਹੀ ਮਾਰਗੇਜ ਇੰਸ਼ੋਰੈਂਸ ਜੇ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਕੰਪਨੀ ਦੇ ਅੰਡਰ ਕਵਰ ਕਰਾ ਲਓ ਤੁਹਾਡੀ ਇੱਕ ਤਾਂ ਜਿਹੜੀ ਕਿਸ਼ਤ ਜੀ ਉਹ ਸੇਮ ਰਹਿਣੀ ਹੈ ਜਿੰਨੇ ਸਾਲ ਦੀ ਤੁਸੀਂ ਇੰਸ਼ੋਰੈਂਸ ਕਰਾ ਲਈ ਗਾਜ਼ਮ ਮੈਟਰ ਇੰਟਰਸਟੇਡ ਉੱਪਰ ਜਾਵੇ ਥੱਲੇ ਜਾਵੇ ਉਹ ਤੁਹਾਡੀ ਕਿਸ਼ਤ ਸੇਮ ਹੈ ਸੈਕੰਡ ਜੀ ਓਹੀ ਚੀਜ਼ ਜਦੋਂ ਆਪਾਂ ਲਾਈਫ ਇੰਸ਼ੋਰੈਂਸ ਅੰਡਰ ਕਰਾਉਣਾ ਹੈ ਜੀ ਤੁਸੀਂ ਬੈਨੇਫਿਸ਼ੀਰੀ ਆਪਣਾ ਆਪ ਸਿਲੈਕਟ ਕਰਦੇ ਹੋ ਤੁਸੀਂ ਆਪਣੇ ਹਸਬੈਂਡ ਵਾਈਫ ਬੱਚੇ ਜਿਹਨੂੰ ਵੀ ਤੁਸੀਂ ਬਣਾਉਣਾ ਚਾਹੁੰਦੇ ਹੋ ਮਾਪੇ ਬਾਪ ਨੂੰ ਤੁਸੀਂ ਉਹਨਾਂ ਨੂੰ ਬੈਨੇਫਿਸ਼ੀਰੀ ਬਣਾ ਸਕਦੇ ਹੋ ਸੋ ਇਸ ਕਰਕੇ ਜਦੋਂ ਵੀ ਆਪਾਂ ਕੋਈ ਵੀ ਇਦਾਂ ਦਾ ਖਾਸ ਕਰਕੇ ਜੇ ਕਿਸੇ ਨੇ ਮੋਰਗਜ ਇੰਸ਼ੋਰੈਂਸ ਕਰਵਾਈ ਵੀ ਹੋਈ ਹੈ ਜੀ ਪਹਿਲੀ ਗੱਲ ਤਾਂ ਤੁਹਾਨੂੰ ਬੈਂਕ ਤੋਂ ਹਮੇਸ਼ਾ ਮਹਿੰਗੀ ਹੀ ਮਿਲਣੀ ਹੈ ਜਦੋਂ ਵੀ ਤੁਸੀਂ ਉਹ ਚੀਜ਼ ਲਾਈਫ ਇੰਸ਼ੋਰੈਂਸ ਤੋਂ ਕਰਵਾਉਂਗੇ ਜੀ ਕੰਪਨੀ ਤੋਂ ਤੁਹਾਨੂੰ ਹਮੇਸ਼ਾ ਸਸਤੀ ਮਿਲੇਗੀ ਉਹੀ ਚੀਜ਼ ਜਦੋਂ ਬੈਂਕ ਤੋਂ ਕਰਵਾਉਂਗੇ ਤੁਹਾਨੂੰ ਉਹ ਮਹਿੰਗੀ ਮਿਲੇਗੀ ਸੋ ਕਈ ਵਾਰੀ ਲੋਕੀ ਯੂ نو ਵਿੱਚ ਚੇਂਜ ਕਰਵਾਉਣ ਬਾਰੇ ਵਿਚਾਰ ਕਰ ਰਹੇ ਹੁੰਦੇ ਸੋਚਦੇ ਯਾਰ ਜੇ ਹੁਣ ਚੇਂਜ ਕੀਤਾ ਪਤਾ ਨਹੀਂ ਪੈਨਲਟੀ ਲੱਗੂਗੀ ਪਤਾ ਨਹੀਂ ਸਾਡਾ ਯੂ نو ਇੰਟਰਸਟ ਰੇਟ ਹੀ ਨਾ ਵਧਾ ਦੇਵੇ ਬੈਂਕ ਸੋ ਇਦਾਂ ਦੀ ਵੀ ਕੋਈ ਗੱਲ ਨਹੀਂ ਹੈਗੀ ਜੀ ਤੁਸੀਂ ਜਦੋਂ ਮਰਜ਼ੀ ਆਪਣੀ ਜਿਹੜੀ ਮੋਰਗੇਜ ਇੰਸ਼ੋਰੈਂਸ ਆ ਅਨੀ ਟਾਈਮ ਤੁਸੀਂ ਕੈਨਸਲ ਕਰਾ ਸਕਦੇ ਹੋ ਉਹਦੇ ਤੁਹਾਨੂੰ ਕੋਈ ਪੈਨਲਟੀ ਨਹੀਂ ਲੱਗਦੀ ਤੁਹਾਡੀ ਕੋਈ ਮਾਰਗੇਜ ਦੇ ਉੱਤੇ ਉਹਦਾ ਅਸਰ ਨਹੀਂ ਪੈਂਦਾ ਤੇ ਸੈਕੰਡਲੀ ਉਹੀ ਜਿਹੜੀ ਇੰਸ਼ੋਰੈਂਸ ਜੋ ਤੁਸੀਂ ਆਪਣੀ ਲਾਈਫ ਇੰਸ਼ੋਰੈਂਸ ਅੰਡਰ ਕਵਰ ਕਰਾਉਂਗੇ ਜੀ ਤੁਸੀਂ ਸਾਰਾ ਕੁਝ ਆਪਣਾ ਕਵਰ ਕਰ ਸਕਦੇ ਹੋ ਤੁਸੀਂ ਆਪਣੀ ਮਾਰਗੇਜ ਵੀ ਕਵਰ ਕਰ ਲਈ ਤੁਸੀਂ ਆਪਣੀ ਲਾਇਬਿਲਟੀਜ਼ ਵੀ ਕਵਰ ਕਰ ਲਈਆਂ ਤੁਸੀਂ ਆਪਣੀ ਇਨਕਮ ਵੀ ਕਵਰ ਕਰ ਲਈ ਹੁਣ ਤੁਹਾਨੂੰ ਪਤਾ ਆ ਵੀ ਓਕੇ ਵੀ ਮੇਰੀ ਮਾਰਗੇਜ 5 ਲੱਖ ਦੀ ਹੈ ਮੇਰੀ ਇਨਕਮ ਇੰਨੀ ਹੈ ਪਰ ਮੈਨੂੰ ਜੇ ਮੈਨੂੰ ਅੱਜ ਕੁਝ ਹੋ ਜਾਂਦਾ ਮੇਰੀ ਫੈਮਿਲੀ ਨੂੰ ਘੱਟੋ ਘੱਟ 1 ਮਿਲੀਅਨ ਜਾਂ 1.5 ਮਿਲੀਅਨ ਡਾਲਰ ਚਾਹੀਦਾ ਰਾਈ ਵੇ ਅਗਲੇ 30 ਸਾਲ ਲਈ ਸਰਵਾਈਵ ਕਰਨ ਲਈ ਜਾਂ ਕੁਝ ਵੀ ਹੈ ਉਹ ਨੰਬਰ ਜਦੋਂ ਤੁਸੀਂ ਉਹਨਾਂ ਦੀ ਆਪਾਂ ਇੰਸ਼ੋਰੈਂਸ ਕਰਾ ਲਈ ਹੈ ਜੀ ਹੁਣ ਤੁਹਾਡੀ ਜਿਹੜਾ ਇਸੇ ਮਿਲੀਅਨ ਡਾਲਰ ਰਿਕੁਆਇਰਮੈਂਟ ਸੀਗੀ ਹੁਣ ਕਿਸੇ ਨੇ ਮਿਲੀਅਨ ਡਾਲਰ ਇੰਸ਼ੋਰੈਂਸ ਕਰਾ ਲਈ ਅਗਲੇ 30 ਸਾਲ ਵਾਸਤੇ ਹੁਣ ਜੇ ਉਹਨਾਂ ਦੀ ਕਿਸ਼ਤ ਬਣ ਗਈ ਜੀ 100 ਡਾਲਰ ਪਰ ਮਹੀਨਾ ਉਹ 100 ਡਾਲਰ ਹੀ ਰਹਿਣੀ ਹੈ ਅਗਲੇ 30 ਸਾਲ ਤੱਕ ਤੇ ਜਿਹੜਾ ਮਿਲੀਅਨ ਡਾਲਰ ਦਾ ਜਿਹੜਾ ਬੈਨੀਫਿਟ ਹੈ ਜੀ ਉਹ ਵੀ ਮਿਲੀਅਨ ਡਾਲਰ ਹੀ ਰਹਿਣਾ ਹੈ That's so, wonderful. ਅਗਲੇ 30 ਸਾਲਾਂ 'ਚ ਕੁਝ ਵੀ ਹੋ ਜੇ ਤੁਸੀਂ ਜਿਹੜਾ ਮਰਜ਼ੀ ਬੈਂਕ 'ਚ ਚਲੇ ਜਾਓ ਮਰਜ਼ੀ ਮੌਰਗੇਜ ਚੇਂਜ ਕਰਾ ਲਓ ਪੇਅ ਆਫ ਕਰ ਦਿਓ ਡਸਨਟ ਮੈਟਰ ਤੁਹਾਡਾ ਉਹ ਮਿਲੀਅਨ ਡਾਲਰ ਜਿਹੜੀ ਹੈ ਜੀ ਉਹ ਤੁਹਾਡੀ ਕਵਰੇਜ ਵੀ ਉੱਥੇ ਹੀ ਹੈ ਤੇ ਜਿਹੜੀ ਤੁਹਾਡੀ ਪੇਮੈਂਟ ਰਿਮੀ ਹੈ ਜਿਹੜੀ ਕਿਸ਼ਤ 100 ਡਾਲਰ ਦੀ ਉਹ ਵੀ ਉੱਥੇ ਹੀ ਰਹਿਣੀ ਹੈ ਉਹ ਚੇਂਜ ਨਹੀਂ ਹੁੰਦੀ ਹੈ ਜੀ ਬਹੁਤ ਸੋਹਣਾ ਪ੍ਰੋਡਕਟ ਹੈ ਇਹ ਕਿਉਂਕਿ ਇਹ ਜ਼ਿਆਦਾ ਕਰਕੇ ਹੁੰਦਾ ਸੀ ਜੀ ਹੁਣ ਅਸੀਂ ਮਲਟੀਪਲ ਇੰਸ਼ੋਰੈਂਸਸ ਕਿਉਂ ਕਰਾਈਏ ਸੋ ਹੁਣ ਜੀ ਲਾਈਫ ਦੇ ਵਿੱਚ ਹੀ ਆਪਾਂ ਮੌਰਗੇਜ ਵਾਲੀ ਇੰਸ਼ੋਰੈਂਸ ਉਹ ਕੋਲੈਬੋਰੇਟ ਕਰ ਸਕਦੇ ਹਾਂ ਤੇ ਇੱਕੋ ਤੇ ਫਿਰ 30 ਸਾਲ ਵਧਣੀ ਵੀ ਨਹੀਂ ਬਿਲਕੁਲ ਜੀ ਸੋ ਇੱਕੋ ਪੇਮੈਂਟ ਹੈ ਜੀ ਤੁਹਾਡੀ ਚੋਇਸ ਆ ਤੁਸੀਂ 20 ਸਾਲ 30 ਸਾਲ 40 ਸਾਲ ਜਿੰਨੇ ਸਾਲ ਦੀ ਆਪਾਂ ਫਿਕਸ ਕਰ ਲਈ ਤੀ ਉਹਨੀ ਦੇਰ ਤੱਕ ਨਾ ਤੁਹਾਡੀ ਪੇਮੈਂਟ ਵਧਣੀ ਹੈ ਜੀ ਨਾ ਤੁਹਾਡੀ ਜਿਹੜਾ ਕੋਈ ਬੈਨੀਫਿਟ ਆ ਉਹ ਘਟਣਾ ਹੈ ਸੋ ਬਿਲਕੁਲ ਚਾਹੇ ਅੱਜ ABC ਬੈਂਕ ਨਾਲ ਸੀ ਅੱਜ ਤੋਂ 5 ਸਾਲ ਬਾਅਦ XYZ ਬੈਂਕ ਤੁਹਾਨੂੰ ਵਧੀਆ ਰੇਟ ਦੇ ਰਿਹਾ ਤੁਸੀਂ ਆਪਣੀ ਮਾਰਗੇਜ ਮੂਵ ਕਰ ਲੋ ਡਸਨਟ ਮੈਟਰ ਤੁਹਾਡਾ ਜਿਹੜਾ ਉਹ ਫਿਕਸ ਕੀਤੀ ਹੋਈ ਇੰਸ਼ੋਰੈਂਸ ਉਹ ਤੁਹਾਡੀ ਉਦਾਂ ਦੀ ਉਦਾਂ ਰਹਿਣੀ ਹੈ ਬਿਲਕੁਲ ਅੱਛਾ ਜੀ ਹੁਣ ਆਪਾਂ ਆ ਜਾਂਦੇ ਆ ਜਿਹੜੇ ਸੁਪਰ ਵੀਜ਼ਾ ਤੇ ਆਉਂਦੇ ਆ ਜਾਂ ਵਿਜ਼ਿ ਜਾਂਦੇ ਆ ਉਹਨਾਂ ਲਈ ਸਭ ਤੋਂ ਲਾਜ਼ਮੀ ਗੱਲ ਸਭ ਤੋਂ ਜ਼ਰੂਰੀ ਗੱਲ ਕੀ ਆ ਜਿਹੜੀਆਂ ਚੀਜ਼ਾਂ ਦਾ ਉਹ ਧਿਆਨ ਰੱਖਣ ਜਾਂ ਫਿਰ ਐਡਵਾਈਜ਼ਰ ਹੋਣ ਦੇ ਨਾਤੇ ਤੁਸੀਂ ਕੀ ਸਲਾਹ ਦਿੰਦੇ ਹੋ ਕਿ ਭਾਈ ਇਸ ਚੀਜ਼ ਨੂੰ ਤੁਸੀਂ ਜ਼ਰੂਰ ਧਿਆਨ ਹੇਠ ਰੱਖੋ ਬਾਕੀ ਚੀਜ਼ਾਂ ਤੁਸੀਂ ਇੱਧਰ ਉੱਧਰ ਕਰ ਸਕਦੇ ਆ ਪਰ ਇਹ ਤੁਹਾਡੇ ਲਈ ਲਾਜ਼ਮੀ ਹੈ ਹਾਂਜੀ ਬਿਲਕੁਲ ਜੀ ਦੇਖੋ ਜਿਹੜਾ ਕੋਈ ਖਾਸ ਕਰਕੇ ਵਿਜ਼ਟਰ ਜਾਂ ਸੁਪਰਵਾਈਜ਼ਰ ਇੰਸ਼ੋਰੈਂਸ ਤੇ ਆਉਂਦੇ ਆ ਜੀ ਉਹਨਾਂ ਵਾਸਤੇ ਜਿਹੜੀ ਮੇਨ ਚੀਜ਼ ਹੈ ਉਹ ਇਹ ਹੈਗੀ ਆ ਵੀ ਤੁਹਾਡੀ ਜੇ ਕੋਈ ਪ੍ਰੀ ਐਗਜ਼ਿਸਟਿੰਗ ਹੈਲਥ ਕੰਡੀਸ਼ਨ ਆ ਜੇ ਤੁਹਾਨੂੰ ਕੋਈ ਪਹਿਲਾਂ ਤੋਂ ਪਤਾ ਹੈ ਵੀ ਉਹ ਕਿ ਮੇਰੇ ਪੇਰੈਂਟਸ ਆ ਰਹੇ ਨੇ ਜਾਂ ਮੇਰਾ ਕਜ਼ਨ ਆ ਰਹੇ ਨੇ ਜਾਂ ਮੇਰੇ ਗ੍ਰੈਂਡਪੇਰੈਂਟਸ ਆ ਰਹੇ ਆ ਉਹਨਾਂ ਨੂੰ ਕੋਈ ਨਾ ਕੋਈ ਕਿਸੇ ਚੀਜ਼ ਦੀ ਦਵਾਈ ਲੈ ਰਿਹਾ ਬੀਪੀ ਦੀ ਲੈ ਰਿਹਾ ਕੋਈ ਡਾਇਬਟੀਜ਼ ਦੀ ਲੈ ਰਿਹਾ ਕੋਈ ਹਾਰਡ ਕੰਡੀਸ਼ਨ ਆ ਕੋਈ ਕਿਸੇ ਨੂੰ ਐਸਮਾ ਆ ਕਿਸੇ ਨੂੰ ਲਿਵਰ ਦੀ ਕਿਡਨੀ ਦੀ ਜੋ ਵੀ ਹੈਗੀ ਉਹ ਜ਼ਰੂਰ ਡਿਸਕਲੋਸ ਕਰੋ ਹੁਣ ਕਈ ਵਾਰੀ ਇਹ ਹੋ ਜਾਂਦਾ ਜੀ ਬੰਦਾ ਕਹਿੰਦਾ ਯਾਰ ਥੋੜੀ ਬੋੜੀ ਦਵਾਈ ਖਾਂਦੇ ਆ ਕਦੀ ਕਦੀ ਖਾਂਦੇ ਆ ਜਾਂ ਰਿਦਕੀ ਦੱਸਣ ਦੀ ਲੋੜ ਹੈ ਨਾ ਤਾਂ 2 ਮਹੀਨੇ ਰਹਿਣਾ ਹੈ ਜਾਂ 1 ਮਹੀਨਾ ਰਹਿਣਾ ਹੈ ਐਵੇਂ ਕਿਹਾ ਉਹ 200 ਡਾਲਰ ਵਾਧਾ ਦੇਣਾ ਜਾਂ 300 ਡਾਲਰ ਵਾਧਾ ਦੇਣਾ ਪਰ ਉਹ ਪ੍ਰੋਬਲਮ ਉਧਰ ਆਉਂਦੀ ਹੈ ਜੀ ਲਵੀ ਜੀ ਜੇ ਇੱਥੇ ਕੋਈ ਮੈਡੀਕਲ ਐਮਰਜੈਂਸੀ ਹੋ ਗਈ ਤਾਂ ਉੱਥੇ ਜਾ ਕੇ ਜੇ ਹੁਣ ਜੋ ਡਾਕਟਰਾਂ ਨੇ ਦੇਖਣਾ ਉੱਥੇ ਉਹਨਾਂ ਨੂੰ ਪਤਾ ਲੱਗ ਜਾਣਾ ਵੀ ਓਕੇ ਇਹਨਾਂ ਨੂੰ ਤਾਂ ਫਨਾਲੀ ਕੰਡੀਸ਼ਨ ਵੀ ਸੀਗੀ ਜੀ ਪਹਿਲਾਂ ਦਵਾਈ ਖਾ ਰਹੇ ਸੀਗੇ ਜਾਂ ਜੋ ਵੀ ਹੈ ਇਹਨੋਂ ਕਈ ਵਾਰੀ ਉੱਥੇ ਹੁਣ ਆ ਜਦੋਂ ਜਾਣਦੇ ਆ ਜੀ ਉੱਥੇ ਹੁਣ ਕਲਾਇੰਟ ਜਿਹੜਾ ਪੇਸ਼ੈਂਟ ਹੈ ਜੀ ਤੇ ਡਾਕਟਰ ਇਕੱਲੇ ਨੇ ਹੁਣ ਜਿਹੜਾ ਡਾਕਟਰ ਇਨਫੋਰਮੇਸ਼ਨ ਮੰਗਦਾ ਪੇਸ਼ੈਂਟ ਨੇ ਸਾਰਾ ਕੁਝ ਸੱਚ ਦੱਸਣਾ ਹਾਂਜੀ ਮੈਨਾਂ ਦਵਾਈ ਖਾਨਾ ਜੀ ਮੈਨੂੰ ਬੀਪੀ ਵੀ ਸੀ ਜਾਂ ਮੈਨੂੰ ਸ਼ੂਗਰ ਵੀ ਸੀ ਜਾਂ ਕੁਝ ਵੀ ਸੀ ਜੀ ਸੋ ਉਹ ਜੇ ਹੁਣ ਆਪਾਂ ਕੰਪਨੀ ਚ ਨਹੀਂ ਲਿਖਾਇਆ ਹੋਇਆ ਤੇ ਫਿਰ ਤੁਹਾਡਾ ਜੇ ਕਲੇਮ ਡਿਨਾਈ ਹੁੰਦਾ ਫਿਰ ਬੰਦਾ ਕਹਿੰਦਾ ਯਾਰ ਉਹਦੋਂ ਦੇਖਦਾ ਵੀ ਓਕੇ ਹੁਣ 50000 ਦਾ ਬਿੱਲ ਆ ਗਿਆ ਉਦੋਂ ਮੈਨੂੰ ਸਿਰਫ 200 ਡਾਲਰ ਮੈਨੂੰ ਐਕਸਟਰਾ ਕਾਸਟ ਪੈਂਦੀ ਸੀ ਜੀ ਰਾਈਟ ਸੋ ਇਹ ਚੀਜ਼ਾਂ ਦਾ ਬਹੁਤ ਧਿਆਨ ਰੱਖੋ ਬਹੁਤ ਵਾਰੀ ਦੇਖੀ ਦਾ ਸੁਣੀ ਦਾ ਵੀ ਓਕੇ ਯੂ نو ਫਲਾਣੇ ਕਈ ਐਰੀ ਕਲਾਇੰਟ ਕਹਿੰਦੇ ਤੁਸੀਂ ਇੱਕੋ ਹੀ ਕੁਐਸਚਨ ਬਹੁਤ ਵਾਰੀ ਪੁੱਛਦੇ ਹੋ ਉਹਦਾ ਰੀਜ਼ਨ ਹੀ ਇਹ ਹੈ ਜੀ ਕਿਉਂਕਿ ਜਦੋਂ ਕਿਸੇ ਦੀ ਖਾਸ ਕਰਕੇ ਸੁਪਰਵੀਜ਼ ਜਾਂ ਵਿਸਟਰ ਇੰਸ਼ੋਰੈਂਸ ਡਿਜ਼ਾਈਨ ਕਰਨੀ ਹੈ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਕਿਉਂਕਿ ਕੱਲ ਨੂੰ ਜੇ ਕਲੇਮ ਹੋ ਗਿਆ ਫਿਰ ਬੰਦਾ ਕਹਿੰਦਾ ਤੁਸੀਂ ਸਾਡੇ ਤੋਂ ਪੁੱਛਿਆ ਕਿਉਂ ਨਹੀਂ ਤੁਸੀਂ ਸਾਨੂੰ ਇਹ ਦੱਸਿਆ ਕਿਉਂ ਨਹੀਂ ਸੋ ਇਸ ਕਰਕੇ ਜੇ ਕੋਈ ਵੀ ਪ੍ਰੀ-ਐਗਿਸਟਿੰਗ ਹੈਲਥ ਕੰਡੀਸ਼ਨ ਹੈਗੀ ਹੈ ਕੋਈ ਵੀ ਜਾ ਰਿਹਾ ਜ਼ਰੂਰ ਡਿਸਕਲੋਸ ਕਰੋ 2-400 ਡਾਲਰ ਜੇ ਵੱਧ ਵੀ ਕੋਸਟ ਆ ਤੁਹਾਡਾ ਪੀਸ ਆਫ ਮਾਈਂਡ ਵਾਸਤੇ ਆ ਕੱਲ ਨੂੰ ਤੁਹਾਨੂੰ ਇਹ ਕੋਈ ਟੈਨਸ਼ਨ ਨਹੀਂ ਰਹੇਗੀ ਵੀ ਯਾਰ ਕੋਈ ਮੈਡੀਕਲ ਅਮਰਜੈਂਸੀ ਆ ਗਈ ਤੇ ਹੁਣ ਮੈਂ ਕੀ ਕਰਾਂ ਬਿਲਕੁਲ ਕਿੰਨਾ ਲੰਬਾ ਚੌੜਾ ਕਿਸ ਤਰ੍ਹਾਂ ਆ ਗਿਆ ਹਾਂਜੀ ਬਿਲਕੁਲ ਅਵਿੰਦਰ ਨਾੜਾ ਜੀ ਤੁਸੀਂ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਬਹੁਤ ਸਾਰੀਆਂ ਜਾਣਕਾਰੀਆਂ ਦਿੱਤੀਆਂ ਤੇ ਮੈਂ ਚਾਹੁੰਦੀ ਆ ਕਿ ਅਖੀਰ ਦੇ ਵਿੱਚ ਇੱਕ ਵਧੀਆ ਇੰਸ਼ੋਰੈਂਸ ਟਿਪ ਉਹ ਜ਼ਰੂਰ ਤੁਸੀਂ ਸਾਡੀ ਦੇਖਣ ਵਾਲਿਆਂ ਨੂੰ ਹਾਂਜੀ ਬਿਲਕੁਲ ਜੀ ਦੇਖੋ ਇੱਕ ਜਿਹੜੀ ਸਿੰਪਲ ਤੇ ਯੂ نو ਸਾਰਿਆਂ ਵਾਸਤੇ ਹੈਲਪਫੁਲ ਵੀ ਹੈ ਕਿ ਜਿਹੜੀ ਵੀ ਤੁਹਾਡੇ ਕੋਲ ਪਾਲਸੀ ਹੈਗੀ ਉਹਨੂੰ ਰਿਵਿਊ ਜ਼ਰੂਰ ਕਰੋ ਤਾਂ ਕਿ ਤੁਹਾਨੂੰ ਪਤਾ ਹੋਵੇ ਕਿ ਕਿਹੜੀ ਕੰਪਨੀ ਦਾ ਤੁਹਾਡਾ ਪਲਾਨ ਹੈ ਕਿੰਨੀਆਂ ਤੁਹਾਡੀਆਂ ਕਿਸ਼ਤਾਂ ਜਾ ਰਹੀਆਂ ਕਦੋਂ ਤੁਹਾਡੀਆਂ ਕਿਸ਼ਤਾਂ ਮੁਕਣੀਆਂ ਹਨ ਮੁਕਣੀਆਂ ਵੀ ਕਿ ਨਹੀਂ ਮੁਕਣੀਆਂ ਤੇ ਤੁਹਾਡੇ ਕੋਲੇ ਯੂ نو ਪਲਾਨ ਦੇ ਅੰਡਰ ਕਿਹੜੀ ਕਿਹੜੀ ਚੀਜ਼ ਦੀ ਕਵਰੇਜ ਹੈ ਵੀ ਜੇ ਅੱਜ ਕੋਈ ਚੇਂਜਸ ਕਰਨਾ ਚਾਹੁੰਦੇ ਹੋ ਇੱਕ ਐਕਸਪੀਰੀਐਂਸਡ ਐਡਵਾਈਜ਼ਰ ਨਾਲ ਬੈਠ ਕੇ ਤੁਸੀਂ ਆਪਣੀ ਜ਼ਰੂਰ ਜੋ ਵੀ ਤੁਹਾਡੀਆਂ ਕੋਈ ਚੇਂਂਜਸ ਕਰਵਾਉਣਾ ਚਾਹੁੰਦੇ ਹੋ ਜਾਂ ਕੋਈ ਐਡ ਕਰਾਉਣਾ ਜਾਂ ਪਾਲਸੀ ਬਾਰੇ ਸਮਝਣਾ ਤਾਂ ਕਿ ਤੁਹਾਨੂੰ ਇਨਫੋਰਮੇਸ਼ਨ ਜ਼ਰੂਰ ਹੋਵੇ ਤਾਂ ਆਪਣੀ ਪਾਲਸੀ ਨੂੰ ਜ਼ਰੂਰ ਟਾਈਮ ਪਰ ਟਾਈਮ ਰਿਵਿਊ ਜ਼ਰੂਰ ਕਰਦੇ ਰਹੋ ਤਾਂ ਕਿ ਤੁਹਾਨੂੰ ਪਤਾ ਹੋਵੇ ਵੀ ਐਗਜ਼ੈਕਟਲੀ ਤੁਹਾਡੇ ਪ੍ਰੋਡਕਟ ਦੇ ਅੰਦਰ ਕੀ ਕੀ ਕਵਰਡ ਹੈਗਾ ਹੈ ਜੀ ਜੀ ਤੁਸੀਂ ਅੱਜ ਇਸ ਆਪਣੇ ਸਮੇਂ ਦੇ ਵਿੱਚ ਉਹ ਸਾਡੇ ਲਈ ਸਮਾਂ ਕੱਢਿਆ ਤੁਹਾਡਾ ਬਹੁਤ-ਬਹੁਤ ਧੰਨਵਾਦ ਮਿਸਟ੍ਰੀਨ ਡਾ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਜੀ ਸਸਿਕਾਲ ਸਾਰੇ ਵੀਰਸ ਨਵੀ ਸਸਿਕਾਲ ਜੀ एसएनजी अमरਿੰਦਰ ਨੱਡਾ ਜੀ ਫ੍ਰॉम ਪਲੈਨ ਇੰਸ਼ੋਰੈਂਸ ਅਗਾਹੂ ਆਉਣ ਵਾਲੀਆਂ ਮੁਲਾਕਾਤਾਂ ਦੇ ਵਿੱਚ ਵੀ ਇਹਨਾਂ ਤੋਂ ਵਧੀਆ-ਵਧੀਆ ਟਿਪਸ ਲੈਂਦੇ ਰਾਵਾਂਗੇ ਇੰਸ਼ੋਰੈਂਸ ਦੇ ਪਾਸੇ ਕੋਈ ਵੀ ਤੁਹਾਡਾ ਸਵਾਲ ਤੁਸੀਂ ਸਾਂਝਾ ਟੀਵੀ ਦੇ ਸੋਸ਼ਲ ਪਲੇਟਫਾਰਮ ਤੇ ਭੇਜ ਸਕਦੇ ਹੋ ਸੋਸ਼ਲ ਮੀਡੀਆ ਤੇ ਸੰਦੂ ਸੁਨੇਹਾ ਭੇਜ ਸਕਦੇ ਹੋ ਲਵੀਪਨ ਨੂੰ ਉਹਦੇ ਇਜਾਜ਼ਤ ਦੇਖਦੇ ਰਹੋ ਖਾਸ ਮੁਲਾਕਾਤ ਸਤਿ ਸ਼੍ਰੀ ਅਕਾਲ